ਗੁਰ ਪ੍ਰਸਾਦ ਚੱਕਰ ਚਿਹਨਿਆਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋ ਜਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਹੇ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤ ਮੋਤੀ ਤਮੰਦਰ ਊਸਰ ਰਤਨੀ ਤਾਂ ਹੋਹੇ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ ਮਤ ਦੇਖ ਭੁੱਲਾਂ ਵੀ ਸਰੈ ਤੇਰਾ ਚਿਤ ਨਾ ਆਵੈ ਨਾਓ ਹਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀਂ ਥਾਓ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਘ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿਤ ਨ ਆਵੈ ਨਾਉ ਸਿੱਧ ਹੋਆ ਸਿੱਧ ਲਾਈ ਰਿਤ ਅੱਖਾਂ ਆਓ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰੱਖੈ ਪਹਾਉ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿਤ ਨ ਆਵੈ ਨਾਉ ਸੁਲਤਾਨ ਹੋਆ ਮੇਲ ਲਸ਼ਕਰ ਤਖਤ ਰਾਖਾਂ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿਤ ਨ ਆਵੈ ਨਾਉ ਕੋਟ ਕੋਟੀ ਮੇਰੀ ਆਰਜਾ ਪਵਣ ਪੀਅਣ ਅਪਿਆਓ ਚੰਦ ਸੂਰਜ ਦੋਏ ਗੁਫੈ ਨ ਦੇਖਾਂ ਸੁਪਨੈ ਸੌਣ ਨ ਥਾਉ ਭੀ ਤੇਰੀ ਕੀਮਤ ਨਾ ਪਵੈ
ਹੋਂਕੇ ਵੱਡੇ ਅੱਖਾਂ ਨਾਉ ਸੱਚਾ ਨਿਰੰਕਾਰ ਨਿਜ ਥਾਏ ਸੱਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ ਉਸਾ ਕਟੀਆ ਵਾਰ ਵਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੈ ਪੀ ਤੇਰੀ ਕੀਮਤ ਨਾ ਪਵੈ ਹੋਂਕੇ ਵੱਡੇ ਅੱਖਾਂ ਨਾਲ ਪੰਖੀ ਹੋਏ ਕੈ ਜੇ ਭਵਾ ਸੈ ਅਸਮਾਨੀ ਜਾਉ ਪੰਖੀ ਹੋਏ ਕੈ ਜੇ ਭਵਾ ਸੈ ਅਸਮਾਨੀ ਜਾਉ ਨਦਰੀ ਕਿਸੈ ਨ ਆਵਉ ਨਾ ਕਿਛ ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਵੈ ਹੋਂਕੇ ਵੱਡੇ ਅੱਖਾਂ ਨਾਲ ਨਾਨਕ ਕਾਗਦ ਲਖਮਣਾ ਪੜ ਪੜ ਕੀਚੈ ਭਾਓ ਮੱਸੂ ਤੋਟ ਨ ਆਵਈ ਲੇਖਣ ਪੌਣ ਚਲਾਓ ਪੀ ਤੇਰੀ ਕੀਮਤ ਨਾ ਪਵੈ ਹੋਂਕੇ ਵੱਡੇ ਅੱਖਾਂ ਨਾਉ ਪੀ ਤੇਰੀ ਕੀਮਤ ਨਾ ਪਵੈ ਹੋਂਕੇ ਵੱਡੇ ਅੱਖਾਂ ਨਾਉ ਹਮ ਅਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉਂ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਦਰਸ਼ਨ ਪਰਸਿਐ ਗੁਰੂ ਕੈ ਜਨਮ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਤੁਦ ਡਠੇ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੁ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵ ਹੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵ ਹੋ ਗੋਪਾਲ ਰਾਏ ਰਹਾਉ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪ ਹੋ ਹਰ ਰੰਗੇ ਪਰ ਧਨ ਦੁਖ ਕਿਛ ਪਾਪ ਨਾ ਫਿੜੇ ਜਮ ਜੰਦਾਰ ਨਾ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸ਼ਰਨਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸ਼ਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ 'ਚ ਨਤਮਸਤਕ ਹੋ ਬੈਠੀ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗ ਪੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਪੂਰਵਲੇ ਜਨਮਾਂ ਦੇ ਕਰਮ ਜਾਗੇ ਹਨ ਫਲੀਭੂਤ ਹੋਏ ਹਨ ਕਿ ਸਤਿਗੁਰਾਂ ਦੀ ਪਾਵਨ ਸੰਗਤ ਵਿੱਚ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਸਾਨੂੰ ਸਾਰਿਆਂ ਨੂੰ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਸਤਿਗੁਰਾਂ ਦੀ ਤੁਰਕੀ ਅਕਾਲੀ ਬਾਣੀ ਦੇ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਨੇ ਗਾਇਨ ਕੀਤੇ ਹਨ
ਅੰਮ੍ਰਿਤ ਵੇਲੇ ਬਖਸ਼ਿਸ਼ ਹੋਏ ਪਾਵਨ ਸ੍ਰੀ ਮੁਖਵਾਕ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਸਾਹਿਬੇ ਕਮਾਲ ਵਾਲੀਏ ਦੋ ਜਹਾਨ ਸਰਬੰਸਦਾਨੇ ਕਲਗੀਧਰ ਸਵਾਮੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਹਨ। ਸ੍ਰੀ ਆਨੰਦਪੁਰ ਸਾਹਿਬ ਵਿੱਚ ਬੇਅੰਤ ਰੌਣਕਾਂ ਨੇ, ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰਾਂ ਕਰਦੀਆਂ ਹਨ। ਰੋਪੜ ਤੋਂ ਚੱਲਿਆ ਇੱਕ ਕਾਜੀ ਸਲਾਰਦੀਨ ਆਨੰਦਪੁਰ ਸਾਹਿਬ ਦੇ ਕੋਲੋਂ ਦੀ ਗੁਜ਼ਰਿਆ। ਆਨੰਦਪੁਰ ਸਾਹਿਬ ਦੀ ਰੌਣਕ ਵੇਖੀ, ਸੰਗਤਾਂ ਵੇਖੀਆਂ। ਇੱਕ ਸਿੰਘ ਨੂੰ ਰੋਕ ਕੇ ਉਹਦੇ ਕੋਲ ਨੇ ਆਪਣਾ ਸ਼ੰਕਾ ਜ਼ਾਹਰ ਕੀਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਖ਼ਤ 'ਤੇ ਬੈਠਦੇ ਨੇ, ਸਿੱਖ ਉਹਨਾਂ ਨੂੰ ਨਮਸਕਾਰਾਂ ਕਰਦੇ ਨੇ, ਉਹਨਾਂ ਨੂੰ ਮੱਥਾ ਟੇਕਦੇ ਨੇ, ਗੁਰੂ ਜੀ ਉਹਨਾਂ ਕੋਲੋਂ ਆਪਣੇ ਚਰਨਾਂ 'ਤੇ ਮੱਥਾ ਟਿਕਾਉਂਦੇ ਨੇ, ਠੀਕ ਨਹੀਂ। ਅਤੇ ਉਹਨਾਂ ਨੂੰ ਮੱਥਾ ਟੇਕ ਕੇ ਕੀ ਲੱਭਦਾ ਹੋਣਾ, ਕੀ ਮਿਲਦਾ ਹੋਣਾ। ਇਹ ਸ਼ੰਕਾ ਕਰਕੇ ਸਲਾਰਦੀਨ ਉੱਥੋਂ ਚਲਾ ਗਿਆ, ਅੱਗੇ ਕਿਸੇ ਨਗਰ ਗਿਆ ਹੋਵੇਗਾ। ਮਹਾਰਾਜ ਜੀ ਨੂੰ ਸਿੰਘ ਨੇ ਜਾ ਕੇ ਦੱਸਿਆ, ਮਹਾਰਾਜ ਇੱਦਾਂ ਇੱਕ ਕਾਜੀ ਨੇ ਸ਼ੰਕਾ ਕੀਤਾ। ਕਲਗੀਧਰ ਸਵਾਮੀ ਕਹਿਣ ਲੱਗੇ, ਜਦੋਂ ਵਾਪਸ ਆਵੇ ਖਿਆਲ ਰੱਖਿਓ, ਉਹਨੂੰ ਸਾਡੇ ਕੋਲ ਲੈ ਕੇ ਆਇਓ। ਗੁਰੂ ਨਾਨਕ ਸਾਹਿਬ ਦਾ ਘਰ ਬੜਾ ਵੱਡਾ ਘਰ ਹੈ, ਇੱਥੇ ਕੋਈ ਸ਼ੰਕਾ ਕਰਕੇ ਜਾਵੇ ਇਹ ਜ਼ਰੂਰੀ ਨਹੀਂ, ਉਹਨਾਂ ਦੇ ਸ਼ੰਕੇ ਦਾ ਨਿਵਾਰਨ ਜ਼ਰੂਰੀ ਹੈ। ਜੇ ਉਹਦੇ ਮਨ 'ਚ ਸ਼ੰਕਾ ਹੈ ਤਾਂ ਉਹ ਸ਼ੰਕਾ ਜ਼ਰੂਰ ਦੂਰ ਕਰਾਂਗੇ। ਪੂਰਾ ਗੁਰੂ ਕਦੇ ਵੀ ਆਪਣੇ ਘਰ ਆਉਣ ਵਾਲਿਆਂ ਦੇ ਹਿਰਦੇ 'ਚ ਸ਼ੰਕਾ ਨਹੀਂ ਰਹਿਣ ਦਿੰਦਾ, ਉਸ ਦੇ ਸ਼ੰਕੇ ਦਾ ਨਿਵਾਰਨ ਕਰ ਦਿੰਦਾ। ਪਰ ਜਿਹੜਾ ਗੁਰੂ ਆਪਣੇ ਸੇਵਕ ਦੇ ਹਿਰਦੇ 'ਚ ਸ਼ੰਕਾ ਨਾ ਨਿਵਾਰ ਸਕੇ, ਉਹ ਗੁਰੂ ਨਰਕਗਾਮੀ ਹੁੰਦਾ। ਖਿਆਲ ਰੱਖਿਓ, ਜਦੋਂ ਕਾਜੀ ਆਵੇ ਉਹਨੂੰ ਲੈ ਕੇ ਆਇਓ। ਇੱਕ ਦੋ ਦਿਨ ਗੁਜਰੇ, ਸਿੰਘ ਉੱਥੇ ਰਸਤੇ 'ਤੇ ਹੀ ਸਨ, ਪਹਿਰੇ 'ਤੇ ਰਹਿੰਦੇ ਸੀ। ਕਾਜੀ ਵਾਪਸ ਆਇਆ, ਸਿੰਘ ਨੂੰ ਟੱਕਰਿਆ, ਆਖਿਆ, ਕਾਜੀ ਸਾਹਿਬ, ਕਲਗੀਧਰ ਜੀ ਨੇ ਯਾਦ ਕੀਤਾ, ਜੋ ਤੁਸੀਂ ਸ਼ੰਕਾ ਕੀਤਾ ਉਹਦਾ ਜਵਾਬ ਕਲਗੀਧਰ ਜੀ ਨੇ ਤੁਹਾਨੂੰ ਦੇਣਾ। ਕਾਜੀ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰ ਹੋਏ। ਕਾਜੀ ਨੇ ਆਖਿਆ, ਜੀ ਆ ਜਿਹੜੇ ਸਿੱਖ ਤੁਹਾਨੂੰ ਮੱਥਾ ਟੇਕਦੇ ਨੇ, ਨਮਸਕਾਰਾਂ ਕਰਦੇ ਨੇ, ਤੁਹਾਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਇਹਨਾਂ ਨੂੰ ਕੀ ਮਿਲਦਾ, ਕੀ ਲੱਭਦਾ, ਪ੍ਰਾਪਤ ਕੀ ਹੋਣਾ। ਕਲਗੀਧਰ ਜੀ ਨੇ ਆਖਿਆ, ਕਾਜੀ ਜੀ ਪ੍ਰੈਕਟੀਕਲ ਕਰਕੇ ਵਿਖਾਈਏ, ਇੱਦਾਂ ਜ਼ੁਬਾਨੀ ਦੱਸਿਆ ਸ਼ਾਇਦ ਤੁਹਾਨੂੰ ਸਮਝ ਨਾ ਪਵੇ।
ਹੁਕਮ ਕੀਤਾ ਸਾਡੀ ਖਜ਼ਾਨੇ ਦੀ ਜਿਹੜੀ ਮੋਹਰ ਹੁੰਦੀ ਸਟੈਂਪ ਉਹ ਲੈ ਕੇ ਆਓ। ਉਹ ਮੋਹਰ ਲਿਆਂਦੀ, ਕਾਜ਼ੀ ਨੂੰ ਦਿੱਤੀ, ਆਖਿਆ ਕਾਜ਼ੀ ਸਾਹਿਬ ਇਹਦੇ 'ਤੇ ਫਾਰਸੀ 'ਚ ਅੱਖਰ ਲਿਖੇ ਨੇ, ਤੁਹਾਡੀ ਬੋਲੀ ਫਾਰਸੀ ਆ, ਤੁਸੀਂ ਪੜ੍ਹਦੇ ਲਿਖਦੇ ਹੋ, ਇਹਦੇ 'ਤੇ ਪੜ੍ਹੋ ਖਾਂ ਕੀ ਲਿਖਿਆ। ਹੁਣ ਕਾਜ਼ੀ ਦੇ ਹੱਥ ਵਿੱਚ ਉਹ ਸਟੈਂਪ ਹੈ, ਮੋਹਰ ਹੈ, ਵੇਖੀ ਜਾਂਦਾ ਹੈ। ਹੁਣ ਉਹਦੇ 'ਤੇ ਅੱਖਰ ਪੁੱਠੇ ਹੁੰਦੇ ਹੈ, ਕਹਿੰਦਾ ਜੀ ਤਾਂ ਪੁੱਠੇ ਅੱਖਰ ਨੇ, ਸਮਝ ਨਹੀਂ ਆਉਂਦੇ। ਕਾਗਜ਼ ਦਿੱਤਾ, ਇਹਦੇ 'ਤੇ ਲਾਓ, ਠੱਪਾ ਲਾਓ ਅਤੇ ਫਿਰ ਪੜ੍ਹੋ। ਜਦੋਂ ਠੱਪਾ ਲਾਇਆ ਅਤੇ ਫਿਰ ਪੜ੍ਹਿਆ, ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ ਯਾਫਤਜ ਨਾਨਕ ਗੁਰੂ ਗੋਬਿੰਦ ਸਿੰਘ। ਉਸੇ ਵੇਲੇ ਪੜ੍ਹ ਦਿੱਤਾ। ਕਹਿੰਦਾ ਮਹਾਰਾਜ ਜੀ, ਕਹਿੰਦੇ ਹੁਣ ਕਿਵੇਂ ਪੜ੍ਹੇ ਗਏ? ਕਹਿੰਦਾ ਜੀ ਹੁਣ ਇਹ ਜਿਹੜੇ ਪੁੱਠੇ ਅੱਖਰ ਸਨ ਸਿੱਧੇ ਹੋ ਗਏ ਨੇ, ਮਿਟੇ ਤਾਂ ਨਹੀਂ, ਅੱਖਰ ਤਾਂ ਉਹੀ ਨੇ ਜਿਹੜੇ ਮੋਹਰ 'ਤੇ ਸਨ। ਕਹਿੰਦਾ ਜੀ ਹਾਂ, ਅੱਖਰ ਤਾਂ ਉਹੀ ਨੇ, ਮਿਟੇ ਨਹੀਂ ਹਨ, ਪਰ ਹੁਣ ਸਿੱਧੇ ਹੋ ਗਏ ਨੇ। ਪਾਤਸ਼ਾਹ ਕਹਿੰਦੇ ਸਾਡੇ ਸਿੱਖਾਂ ਦੇ ਮੱਥੇ ਦੇ ਲੇਖ ਜਿਹੜੇ ਨੇ, ਭਾਵੇਂ ਉਹ ਮਿਟਦੇ ਨਹੀਂ ਹਨ, ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ, ਉਹ ਨਹੀਂ ਮਿਟਦੇ, ਪਰ ਜਦੋਂ ਸਾਡੇ ਸਿੱਖ ਆ ਕੇ ਸਾਨੂੰ ਨਮਸਕਾਰ ਕਰਦੇ ਨੇ, ਵੰਦਨਾ ਕਰਦੇ ਨੇ, ਤਾਂ ਇਹਨਾਂ ਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਹਨ। ਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਨ ਦਾ ਇਹ ਭਾਵ ਹੈ। ਮੈਂ ਇਹ ਉਦਾਹਰਣ ਸਾਖੀ ਰੂਪ ਵਿੱਚ ਆਪ ਜੀ ਨੂੰ ਤਾਂ ਸਰਵਣ ਕਰਾਈ ਹੈ ਕਿਉਂਕਿ ਅੱਜ ਦੇ ਪਾਵਨ ਸ਼ਬਦ ਵਿੱਚ ਸਤਿਗੁਰਾਂ ਨੇ ਨਮਸਕਾਰ ਕਰਨ ਦਾ ਜ਼ਿਕਰ ਕੀਤਾ। ਆਓ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਅਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪੰਜਵਾਂ, ਘਰ ਬਾਰਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗ ਧਨਾਸਰੀ ਹੈ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਬਾਰਵੇਂ ਘਰ ਸੁਰਤਾਲ ਵਿੱਚ ਸ਼ਬਦ ਨੂੰ ਗਾਉਣ ਦੀ ਹਦਾਇਤ ਹੈ। ਮੰਗਲਾ ਚਰਨ ਕਰਦੇ ਨੇ ਸਾਹਿਬ, ਅਕਾਲ ਪੁਰਖ ਇੱਕ ਹੈ। ਇੱਕ ਓਅੰਕਾਰ ਉਸੇ ਇੱਕ ਦਾ ਹੀ ਇਹ ਸਾਰਾ ਪਸਾਰ ਹੈ ਜਿਤਨਾ ਇਹ ਸੰਸਾਰ ਹੈ। ਏਕ ਮਿਵਾਏ ਪ੍ਰਜਾਇਤੀ ਬਹੁ ਸ਼ਿਆਮਾ, ਇੱਕ ਨੇ ਹੀ ਸੰਕਲਪ ਕੀਤਾ ਮੈਂ ਬਹੁ ਰੂਪ ਹੋ ਜਾਵਾਂ ਤਾਂ ਇਹ ਸਾਰਾ ਸੰਸਾਰ ਬਣਿਆ। ਜਦੋਂ ਇੱਕ ਨੇ ਬਹੁ ਰੂਪ ਹੋ ਜਾਣ ਦਾ ਸੰਕਲਪ ਕੀਤਾ ਅਤੇ ਉਚਾਰਿਆ ਓਅੰਕਾਰ ਤਾਂ ਸਭ ਕੁਝ ਬਣ ਗਿਆ। ਉਹ ਅੰਕਾਰ ਬ੍ਰਹਮਾ ਉਤਪਾਤ, ਉਹ ਅੰਕਾਰ ਕੀਆ ਜਿਨ ਚੇਤ, ਉਹ ਅੰਕਾਰ ਸੈਲ ਜੁਗ ਪਹੇ, ਫਿਰ ਇਹ ਸਭ ਕੁਝ ਬਣ ਗਿਆ। ਜਿਹੜਾ ਸਭ ਤੋਂ ਪਹਿਲਾਂ ਕਵਾਓ ਸੀ ਪਰਮਾਤਮਾ ਦੇ ਮੁਖਾਰ ਬਿੰਦ 'ਚੋਂ ਉਚਾਰਿਆ ਹੋਇਆ, ਜਿਸ ਕਵਾਓ ਤੋਂ ਇਹ ਸਾਰਾ ਪਸਾਰਾ ਪਸਰਿਆ, ਉਹ ਕਵਾਓ ਸੀ ਇੱਕ ਓ ਅੰਕਾਰ। ਕੀਤਾ ਪਸਾਓ
ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ। ਜਿਹੜਾ ਇੱਕ ਕਵਾਓ ਤੋਂ ਇੱਕ ਕਵਾਓ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਵੀ ਉਹ ਕਿਹੜਾ ਸੀ, ਉਹ ਇਹੀ ਸੀ ਓਅੰਕਾਰ ਜੋ ਸਭ ਨੂੰ ਪੈਦਾ ਕਰਦਾ, ਪਾਲਦਾ ਅਤੇ ਸੰਹਾਰ ਕਰਦਾ। ਸਭ ਦਾ ਪਾਲਣਹਾਰ ਵੀ ਹੈ, ਸਭ ਦਾ ਸੰਘਾਰਕ ਵੀ ਹੈ, ਸਭ ਨੂੰ ਪੈਦਾ ਕਰਨ ਵਾਲਾ ਵੀ ਹੈ, ਸਭ ਦਾ ਪ੍ਰਕਾਸ਼ਕ ਵੀ ਹੈ। 63 ਅਰਥ ਕੀਤੇ ਨੇ ਦੁਨੀਆਂ ਦੇ ਸੱਤ ਮਤਾਂ ਵਾਲਿਆਂ ਨੇ, ਵੈਸ਼ਨਵ ਮਤ ਵਾਲਿਆਂ ਨੇ, ਯੋਗ ਮਤ ਵਾਲਿਆਂ ਨੇ, ਓਅੰਕਾਰ ਦੇ। ਗੁਰੂ ਸਾਹਿਬ ਨੇ ਜੋ ਪਹਿਲਾਂ ਇੱਕ ਕਿਹਾ, ਇਹਦਾ ਮਤਲਬ ਹੈ ਕਿ ਉਹ ਇੱਕ ਹੈ, ਉਹਨੂੰ ਤੁਸੀਂ ਵੱਖੋ ਵੱਖਰੀ ਸ਼ਕਤੀ ਵਿੱਚ ਨਾ ਵੰਡੋ। ਸ਼ਕਤੀਆਂ ਉਹਦੀਆਂ ਅੱਗੇ ਅਨੇਕਾਂ ਹੋ ਸਕਦੀਆਂ ਨੇ, ਸੂਰਜ ਦੀਆਂ ਕਿਰਨਾਂ ਅੱਗੇ ਅਨੇਕਾਂ ਫੈਲ ਸਕਦੀਆਂ ਨੇ, ਪਰ ਵਾਸਤਵਿਕ ਰੂਪ ਵਿੱਚ ਤਾਂ ਆਕਾਸ਼ ਵਿੱਚ ਇੱਕ ਹੀ ਹੈ ਨਾ। ਇਹਨਾਂ ਨੇ ਵੱਖੋ ਵੱਖਰੀਆਂ ਸ਼ਕਤੀਆਂ ਦਾ ਵਰਣਨ ਕਰਕੇ ਉਹਨਾਂ ਸ਼ਕਤੀਆਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਮਹਾਰਾਜ ਜੀ ਨੇ ਆਖਿਆ, ਇਹਨਾਂ ਸ਼ਕਤੀਆਂ ਨੂੰ ਆਸਰਾ ਦੇਣ ਵਾਲਾ, ਇਹਨਾਂ ਨੂੰ ਚੇਤਨਤਾ ਦੇਣ ਵਾਲਾ ਤਾਂ ਇੱਕ ਅਕਾਲ ਪੁਰਖ ਪਰਮੇਸ਼ਰ ਹੈ, ਉਹਨੂੰ ਤੁਸੀਂ ਰਜੋਗੁਣੀ ਸ਼ਕਤੀ ਕਹੋ, ਤਮੋਗੁਣੀ ਸ਼ਕਤੀ ਕਹੋ, ਸਤੋਗੁਣੀ ਸ਼ਕਤੀ ਕਹੋ, ਉਹਨਾਂ ਦੇ ਅਧਿਦੇਵ ਬ੍ਰਹਮਾ ਨੂੰ, ਵਿਸ਼ਨੂੰ ਨੂੰ, ਸ਼ਿਵ ਨੂੰ ਕਹੋ। ਪਰ ਬ੍ਰਹਮਾ ਵਿਸ਼ਨੂੰ ਸ਼ਿਵ ਦਾ ਜਿਹੜਾ ਅਧਿਸ਼ਠਾਨ ਹੈ, ਆਸਰਾ ਹੈ, ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਕਿਵੇਂ ਮਿਲਦਾ ਹੈ, ਕਿਵੇਂ ਪ੍ਰਾਪਤ ਹੁੰਦਾ ਹੈ? ਤਾਂ ਕਹਿੰਦੇ ਸਤਿਗੁਰਾਂ ਦੀ ਕਿਰਪਾ ਦੁਆਰਾ। ਸਤਿਗੁਰ ਪ੍ਰਸਾਦ, ਪ੍ਰਸਾਦ ਨਾਮ ਕਿਰਪਾ ਦਾ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਤਿਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਬੰਦਨਾ ਹਰ ਬੰਦਨਾ, ਗੁਣ ਗਾਵਹੁ ਗੋਪਾਲ ਰਾਏ। ਮੇਰੀ ਬੰਦਨਾ ਹੈ ਗੁਰੂ ਚਰਨਾਂ ਵਿੱਚ, ਆਪਣੇ ਹਰੀ ਦੇ ਚਰਨਾਂ ਵਿੱਚ ਬੰਦਨਾ ਹੈ, ਨਮਸਕਾਰ ਹੈ। ਬੰਦਨਾ, ਮੈਂ ਬੰਦਨਾ ਕਰਦਾ, ਮੱਥਾ ਟੇਕਦਾ, ਨਮਸਕਾਰ ਕਰਦਾ, ਇਹ ਭਗਤੀ ਹੈ। ਮੰਗਲ ਨੇ ਚਾਰ ਤਰ੍ਹਾਂ ਦੇ, ਚਾਰ ਪ੍ਰਕਾਰ ਦੇ ਮੰਗਲਾਂ 'ਚ ਇੱਕ ਮੰਗਲ ਹੁੰਦਾ ਨਮਸਕਾਰਾਤਮਕ ਮੰਗਲ, ਨਮਸਕਾਰ ਕਰਨੀ। ਜਦੋਂ ਨਮਸਕਾਰ ਕਰਦੇ ਹਾਂ ਉਦੋਂ ਸਾਡਾ ਮੱਥਾ ਝੁਕਦਾ, ਸੀਸ ਝੁਕਦਾ। ਸੀਸ ਝੁਕਾਉਣ ਦਾ ਮਤਲਬ ਹੈ ਕਿ ਮੈਂ ਆਪਣਾ ਸੀਸ ਤੁਹਾਡੇ ਚਰਨਾਂ 'ਚ ਅਰਪਣ ਕਰਦਾ। ਇਸ ਸੀਸ ਦੇ ਵਿੱਚ ਜਿਹੜੀ ਮੱਤ ਹੈ, ਸੁਰਤ ਹੈ, ਉਹਦੇ ਵਿੱਚ ਮਹਾਰਾਜ ਜੀ ਤੁਸੀਂ ਆਪਣਾ ਪ੍ਰਕਾਸ਼ ਕਰੋ, ਇਹਦੇ ਵਿੱਚ ਤੁਸੀਂ ਆਪਣਾ ਪ੍ਰਕਾਸ਼ ਕਰੋ। ਪੰਜ ਪਿਆਰਿਆਂ ਦੀ ਸਾਜਨਾ ਹੁੰਦੀ ਹੈ, ਮਹਾਰਾਜ ਜੀ ਸੀਸ ਮੰਗਦੇ ਨੇ। ਸ਼ੀਸ਼ ਮੰਗਣ ਦਾ ਮਤਲਬ ਹੀ ਇਹ ਹੈ, ਜਦੋਂ ਅਸੀਂ ਨਮਸਕਾਰ ਕੀਤੀ ਹੈ ਗੁਰੂ ਚਰਨਾਂ 'ਚ, ਉਹ ਸ਼ੀਸ਼ ਭੇਟ ਕੀਤਾ ਸਤਿਗੁਰਾਂ ਨੂੰ, ਨਮਸਕਾਰ ਕਰਕੇ ਆਪਣਾ ਸਿਰ ਗੁਰੂ ਚਰਨਾਂ ਨੂੰ ਦਿੱਤਾ, ਮਹਾਰਾਜ ਆਪ ਜੀ ਦਾ। ਹੁਣ ਇਸ ਸਿਰ ਵਿੱਚ ਮੇਰੀ ਮੱਤ ਕੰਮ ਨਹੀਂ ਕਰਨੀ, ਇਸ ਸਿਰ ਦੇ ਵਿੱਚ ਮੇਰਾ ਦਿਮਾਗ ਕੰਮ ਨਹੀਂ ਕਰਨਾ, ਇਸ ਸਿਰ ਵਿੱਚ ਤੁਹਾਡੀ ਦਿੱਤੀ ਹੋਈ ਮੱਤ ਕੰਮ ਕਰੇ। ਮੈਂ ਆਪਣਾ ਸੀਸ ਤੁਹਾਡੇ ਚਰਨਾਂ 'ਚ ਅਰਪਦਾ। ਜਿਵੇਂ ਆਮ ਕਰਕੇ ਕਹਾਵਤ ਨਹੀਂ ਕਹਿੰਦੇ, ਹੁਣ ਉੱਖਲ ਥੱਲੇ ਸਿਰ ਦਿੱਤਾ, ਹੁਣ ਤਾਂ
ਜੋ ਹੋਏਗੀ ਵੇਖੀ ਜਾਏਗੀ। ਕਹਿ ਦਿੰਦੇ ਆ ਨਾ, ਸਿਰ ਦੇਣ ਦਾ ਮਤਲਬ ਇਹੀ। ਉੱਥੇ ਸੱਚਾਈ ਰੂਪ ਦੇ ਵਿੱਚ ਤਾਂ ਨਹੀਂ ਉੱਖਲ ਦੇ ਥੱਲੇ ਦਿੱਤਾ ਹੁੰਦਾ ਸਿਰ, ਕਹਿਵਤ ਹੈ। ਪਰ ਇੱਥੇ ਸੀਸ ਗੁਰੂ ਚਰਨਾਂ ਵਿੱਚ ਅਰਪਣ ਕਰਨ ਦਾ ਮਤਲਬ ਸਿਰ ਵੱਢ ਕੇ ਦੇਣ ਦਾ ਮਤਲਬ ਨਹੀਂ ਹੈ ਵੀ ਵੱਢ ਕੇ ਆ ਲਓ ਮਹਾਰਾਜ। ਇੱਥੇ ਸੀਸ ਭਾਵੇਂ ਸਾਡੇ ਧੜ 'ਤੇ ਹੀ ਲੱਗਾ, ਪਰ ਉਹ ਫਿਰ ਵੀ ਸਤਿਗੁਰਾਂ ਦਾ ਰਹਿਣਾ, ਗੁਰੂ ਦਾ ਰਹਿਣਾ। ਇਸੇ ਕਰਕੇ ਸਿੰਘ ਕੇਸਾਂ ਦਾ ਸਤਿਕਾਰ ਕਰਦੇ ਨੇ, ਜੂਠੇ ਹੱਥ, ਚਿਹਰੇ ਨੂੰ ਵੀ ਜੂਠੇ ਹੱਥ ਨਹੀਂ ਲਾਉਂਦੇ, ਆਪਣੇ ਚਿਹਰੇ ਨੂੰ ਵੀ, ਦਸਤਾਰ ਨੂੰ ਵੀ ਜੂਠੇ ਹੱਥ। ਰਹਿਤਨਾਮਿਆਂ ਵਿੱਚ ਤਾਂ ਇੱਥੋਂ ਤੱਕ ਬਚਨ ਆਇਆ, ਕਲਗੀਧਰ ਪਾਤਸ਼ਾਹ ਦੇ ਬਚਨ ਨੇ। ਇੱਕ ਵਾਰੀ ਇੱਕ ਸਿੱਖ ਲੇਪਣੀ ਨਾ, ਅੱਗੇ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਲੇਪ ਕਰ ਦਿੰਦਾ ਸੀ, ਅੱਜ ਥੋੜ੍ਹਾ ਜਿਹਾ ਲੇਟ ਹੋ ਗਿਆ ਅਤੇ ਕਾਹਲੀ ਕਾਹਲੀ ਲੇਪਣ ਲੱਗਾ ਅਤੇ ਮਹਾਰਾਜ ਜੀ ਦੇ ਚਿੱਟਾ ਚੋਲਾ ਪਾਇਆ ਅਤੇ ਉੱਤੇ ਛਿੱਟੇ ਪੈ ਗਏ। ਮਹਾਰਾਜ ਜੀ ਨੇ ਆਖਿਆ, ਮਾਰੋ ਚਪੇੜੇ ਦੇ। ਅੱਠ ਦਸ ਸਿੰਘ ਸੀ, ਸਾਰਿਆਂ ਨੇ ਮਾਰ ਮਾਰ ਚਪੇੜਾਂ ਉਹਦਾ ਮੂੰਹ ਲਾਲ ਕਰ ਦਿੱਤਾ। ਮਹਾਰਾਜ ਜੀ ਕਹਿੰਦੇ, ਆਹ ਕੀ ਕੀਤਾ ਤੁਸੀਂ? ਕਹਿੰਦੇ ਜੀ, ਤੁਹਾਡਾ ਹੁਕਮ ਮੰਨਿਆ ਸੀ। ਮਹਾਰਾਜ ਕਹਿੰਦੇ, ਮੈਂ ਚਪੇੜ ਮਾਰਨ ਨੂੰ ਕਿਹਾ ਸੀ ਅਤੇ ਚਪੇੜ ਮਾਰਨ ਦਾ ਮਤਲਬ ਇੱਕ ਚਪੇੜ ਕਿਹਾ ਸੀ। ਕਹਿੰਦੇ, ਚੰਗਾ ਬਚਨ ਮੰਨਿਆ ਸੀ, ਹੁਣ ਦੂਜਾ ਵੀ ਮੰਨੋ ਫਿਰ। ਕਿੱਡਾ ਸੋਹਣਾ ਲਾਲ ਚਿਹਰਾ ਹੋ ਗਿਆ ਇਹਦਾ ਲਾੜੇ ਵਾਂਗੂ, ਆਪਣੀ ਲੜਕੀ ਦਾ ਡੋਲਾ ਦਿਓ ਇਹਨੂੰ, ਉਹਦਾ ਵਿਆਹ ਕਰੀਏ। ਉਦੋਂ ਸਾਰੇ ਵੇਖਣ ਲੱਗ ਪਏ ਸੱਜੇ ਖੱਬੇ। ਉੱਥੇ ਕਲਗੀਧਰ ਜੀ ਨੇ ਬਚਨ ਕਿਹਾ ਕਿ ਇਹਦਾ ਜਿਹੜਾ ਸਿਰ ਹੈ ਇਹ ਗੁਰੂ ਦਾ ਹੈ, ਤੁਸੀਂ ਜੇ ਚਪੇੜ ਮਾਰਨ ਨੂੰ ਤੁਹਾਨੂੰ ਕਿਹਾ ਸੀ ਲੱਕ 'ਤੇ ਮਾਰ ਲੈਂਦੇ, ਪਿੱਠ 'ਤੇ ਮਾਰ ਲੈਂਦੇ, ਚਿਹਰੇ 'ਤੇ ਕਿਉਂ ਮਾਰੀ ਪਈ ਹੈ ਸੀਸ ਜਦੋਂ ਗੁਰੂ ਦਾ ਹੈ? ਉਹ ਇਤਿਹਾਸ ਜਿਹੜਾ ਹੈ ਨਾ, ਉਹ ਸਾਨੂੰ ਸੰਕੇਤ ਦਿੰਦਾ। ਕਿਸੇ ਸਿੱਖ ਕੋਲੋਂ ਕਦੇ ਕੋਈ ਗਲਤੀ ਹੋ ਜਾਏ, ਉਹਦੇ ਚਿਹਰੇ ਦੇ ਉੱਤੇ ਚਪੇੜ ਨਾ ਮਾਰੋ। ਪਹਿਲੀ ਗੱਲ ਤਾਂ ਐਸਾ, ਅੱਜ ਤਾਂ ਸਿਰਾਂ ਤੋਂ ਦਮਾਲੇ ਲਾ ਕੇ, ਕੇਸ ਖਿਲਾਰ ਕੇ, ਉਹਨਾਂ ਦੀਆਂ ਵੀਡੀਓ ਬਣਾ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਉਂਦੇ ਅਤੇ ਆਪਣੇ ਆਪ ਨੂੰ ਬੜੇ ਉੱਚੇ ਕਿਰਦਾਰ ਵਾਲੇ ਕਰ ਕਰ ਵਿਖਾਉਂਦੇ, ਅਸੀਂ ਆਹ ਵੇਖੋ ਕੰਮ ਕੀਤਾ। ਠੀਕ ਆ, ਉਹਨੇ ਕੋਈ ਨਿਰਾਦਰ ਕੀਤਾ, ਉਹਨੇ ਗਲਤੀ ਕੀਤੀ ਹੈ, ਪਰ ਉਹਦੇ ਕੇਸਾਂ ਦੇ ਕੇਸ ਉਹਦੇ ਨਹੀਂ ਹਨ, ਕੇਸ ਗੁਰੂ ਦੇ ਨੇ। ਹਾਂ, ਕੋਈ ਅਨਮਤੀਆ ਹੋਵੇ ਗੱਲ ਵੱਖਰੀ ਹੈ, ਜੇ ਹੈ ਉਹ ਗੁਰੂ ਘਰ ਦਾ। ਤੋ ਇਹਨਾਂ ਸਿੰਘ ਪੁਰਾਣੇ ਸਮਿਆਂ ਵਿੱਚ ਸਿਰ ਦਾ ਸਤਿਕਾਰ ਕਰਿਆ ਕਰਦੇ ਕਿ ਸਿਰ ਗੁਰੂ ਦਾ ਹੈ, ਗੁਰੂ ਨੂੰ ਅਰਪਣ ਕੀਤਾ ਹੋਇਆ। ਵੰਦਨਾ ਹਰ ਵੰਦਨਾ। ਹੇ ਹਰੀ ਜੀ, ਮੈਂ ਤੁਹਾਡੇ ਚਰਨਾਂ ਵਿੱਚ ਵੰਦਨਾ ਕਰਦਾ, ਨਮਸਕਾਰ ਕਰਦਾ। ਇਹ ਭਗਤੀ ਦਾ ਪ੍ਰਕਾਰ ਹੈ, ਬਾਰੰਬਾਰ ਗੁਰੂ ਚਰਨਾਂ 'ਚ ਵੰਦਨਾ ਕਰਨੀ, ਬਾਰੰਬਾਰ ਗੁਰੂ ਚਰਨਾਂ 'ਚ ਨਮਸਕਾਰ ਕਰਨੀ। ਮੈਂ ਨਮਸਕਾਰ ਕਰਦਾ ਹਾਂ ਹਰੀ ਜੀ, ਨਮਸਕਾਰ ਕਰਦਾ ਹਾਂ। ਗੁਣ ਗਾਵੋ ਗੋਪਾਲ ਰਾਏ। ਹੇ ਭਾਈ, ਉਸ ਗੋਪਾਲ ਰਾਜੇ ਦੇ ਗੁਣ ਗਾਓ ਜਿਹੜਾ ਸਾਰੇ ਜਗਤ ਦੇ ਜੀਵਾਂ ਨੂੰ ਪਾਲਣ ਵਾਲਾ, ਪਾਲਣਹਾਰ ਹੈ। ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਓ। ਰਹਾਉ
ਵੱਡਾ ਭਾਗ ਭੇਟੇ ਗੁਰਦੇਵਾ। ਵਾਹਿਗੁਰੂ ਪਰਮੇਸ਼ਰ, ਗੁਰੂ ਦਾ ਮੇਲ ਉਹ ਵੱਡਿਆਂ ਭਾਗਾਂ ਕਰਕੇ ਹੁੰਦਾ। ਵੱਡੇ ਭਾਗ ਹੋਣ ਤਾਂ ਗੁਰੂ ਮਿਲਦਾ, ਜਿਨ੍ਹਾਂ ਦੇ ਭਾਗ ਹੀ ਮਾੜੇ ਨੇ, ਕਰਮ ਹੀ ਮੰਦੇ ਨੇ, ਉਹ ਗੁਰੂ ਘਰ ਦੇ ਨੇੜੇ ਹੋ ਕੇ ਵੀ ਗੁਰੂ ਨਾਲ ਮੇਲ ਨਹੀਂ ਕਰ ਸਕਦੇ, ਗੁਰੂ ਕੇ ਦਰਸ਼ਨ ਨਹੀਂ ਕਰ ਸਕਦੇ। ਤੇ ਜਿਨ੍ਹਾਂ ਦੇ ਭਾਗ ਸਵੱਲੇ ਨੇ, ਉਹ ਕੋਹਾਂ ਤੋਂ ਆ ਕੇ ਸਾਹਿਬ ਦੇ ਦਰਸ਼ਨ ਕਰ ਲੈਂਦੇ। ਇਸ ਕਰਕੇ ਵੱਡਿਆਂ ਭਾਗਾਂ ਵਾਲਿਆਂ ਨੂੰ ਹੀ ਗੁਰੂ ਦੇ ਦਰਸ਼ਨ ਹੁੰਦੇ ਆ, ਗੁਰੂ ਦਾ ਮੇਲ ਪ੍ਰਾਪਤ ਹੁੰਦਾ ਹੈ। ਕੋਟ ਪ੍ਰਾਧ ਮਿਟੇ ਹਰ ਸੇਵਾ, ਸੇਵਾ ਕੀਤਿਆਂ ਕਰੋੜਾਂ ਅਪਰਾਧ ਮਿਟ ਜਾਂਦੇ ਨੇ, ਕਰੋੜਾਂ। ਜਦੋਂ ਸਾਹਿਬ ਦੀ ਸੇਵਾ ਵਿੱਚ ਲੱਗ ਜਾਈਏ, ਹਰੀ ਦੀ ਸੇਵਾ ਵਿੱਚ ਲੱਗ ਜਾਈਏ, ਅਤੇ ਹਰੀ ਦੀ ਸੇਵਾ ਵਿੱਚ ਲੱਗਿਆਂ ਕਰੋੜਾਂ ਅਪਰਾਧ, ਇੱਕ ਦੋ ਚਾਰ ਨਹੀਂ, ਕਰੋੜਾਂ ਅਪਰਾਧ ਕੀਤੇ ਹੋਏ ਗੁਨਾਹ ਮਿਟ ਜਾਂਦੇ ਨੇ ਸਤਿਗੁਰਾਂ ਦੀ ਸੇਵਾ ਕਰਕੇ, ਹਰੀ ਦੀ ਸੇਵਾ ਕਰਕੇ। ਚਰਨ ਕਮਲ ਜਾ ਕਾ ਮਨ ਰਪੈ, ਸਦਾ ਮਨ ਸਾਹਿਬ ਦੇ ਚਰਨ ਕਮਲਾਂ ਦੇ ਰੰਗ ਵਿੱਚ ਰੰਗਿਆ ਹੋਇਆ। ਚਰਨ ਕਮਲ ਜਾ ਕਾ ਮਨ ਰਪੈ, ਸਾਹਿਬ ਦੇ ਚਰਨ ਕਮਲਾਂ ਵਿੱਚ ਜਿਸ ਦਾ ਮਨ ਰੰਗਿਆ ਗਿਆ, ਗੁਰੂ ਪਾਤਸ਼ਾਹ ਦੇ ਚਰਨ ਕਮਲਾਂ ਦੇ ਪ੍ਰੇਮ ਰੰਗ ਵਿੱਚ ਜਿਨ੍ਹਾਂ ਦਾ ਮਨ ਰੰਗਿਆ ਹੈ। ਸੋਗ ਅਗਨ ਤਿਸ ਜਨ ਨਾ ਵਿਆਪੈ, ਦੁੱਖਾਂ ਦੀ ਅੱਗ ਉਸ ਜਨ ਨੂੰ ਨਹੀਂ ਵਿਆਪਦੀ ਜਿਹਦਾ ਮਨ ਸਾਹਿਬ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ। ਦੁੱਖਾਂ ਦੀ ਅੱਗ ਨਹੀਂ ਵਿਆਪਦੀ ਉਸ ਨੂੰ, ਸੋਗ ਦੀ ਅੱਗ। ਦੁੱਖ ਕੀ ਹੈ? ਜਨਮ ਤੇ ਮਰਨ ਦਾ ਦੁੱਖ। ਇਹ ਦੁੱਖ ਦੀ ਅੱਗ ਉਹਨਾਂ ਨੂੰ ਨਹੀਂ ਵਿਆਪਦੀ। ਸਾਗਰ ਤਰਿਆ ਸਾਧੂ ਸੰਗੇ, ਸਾਧੂ ਜਨਾਂ ਦਾ ਸੰਗ ਕਰਕੇ ਸੰਸਾਰ ਸਮੁੰਦਰ ਤੋਂ ਤਰੀਦਾ ਹੈ। ਆਹ ਜਿਹੜਾ ਭਵ ਸਾਗਰ ਹੈ, ਸੰਸਾਰ ਸਮੁੰਦਰ ਹੈ, ਸਾਧੂ ਜਨਾਂ ਦੇ ਸੰਗ ਦੁਆਰਾ ਹੀ ਇਹਦੇ ਤੋਂ ਤਰਿਆ ਜਾਂਦਾ। ਜਿਹੜੇ ਤਰੇ ਨੇ ਉਹ ਸਾਧ ਸੰਗਤ ਦੇ ਆਸਰੇ ਤਰੇ ਹਨ। ਨਿਰਭਉ ਨਾਮ ਜਪਹੋ ਹਰ ਰੰਗੇ, ਹੇ ਭਾਈ, ਹਰੀ ਦੇ ਪ੍ਰੇਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ ਜੋ ਨਿਰਭਉ ਹੈ। ਪਰਮਾਤਮਾ ਨਿਰਭਉ ਹੈ, ਉਹਦਾ ਨਾਮ ਜਪੋ। ਨਿਰਭਉ ਦਾ ਨਾਮ ਜਪਣ ਵਾਲੇ ਵੀ ਨਿਰਭਉ ਹੋ ਜਾਂਦੇ ਹਨ, ਉਹਨਾਂ ਦੇ ਵੀ ਭੈ ਮਿਟ ਜਾਂਦੇ ਹਨ, ਉਹਨਾਂ ਦੇ ਵੀ ਖੌਫ ਦੂਰ ਹੋ ਜਾਂਦੇ ਹਨ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਸ, ਉਹ ਵੀ ਨਿਰਭਉ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਹਨ। ਪਰ ਤਨ ਦੁੱਖ ਕਿਛ ਪਾਪ ਨਾ ਫੀੜੀ, ਭਾਈ ਕਾਨ ਸਿੰਘ ਨਾਭਾ ਜੀ ਨੇ ਬੜਾ ਸੁੰਦਰ ਬਚਨ ਲਿਖਿਆ, ਉਹ ਕਹਿੰਦੇ ਨਿਰਭਉ 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 ਕਹਿ ਕੇ ਵੀ ਜੇ ਤੁਹਾਡੇ ਹਿਰਦੇ 'ਚ ਭਉ ਬਣਿਆ ਹੋਇਆ, ਇਹਦਾ ਮਤਲਬ ਤੁਸੀਂ ਨਿਰਭਉ ਰਸਨਾ ਤੋਂ ਕੁਰਲੀ ਕਰ ਰਹੇ ਹੋ, ਜਪ ਨਹੀਂ ਰਹੇ। ਨਿਰਵੈਰ 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 ਕਹਿੰਦਿਆਂ ਵੀ ਜੇ ਮਨ 'ਚ ਵੈਰ ਹੈ ਤਾਂ ਫਿਰ ਇਹਦਾ ਮਤਲਬ ਹੈ ਕਿ ਤੁਸੀਂ ਕੇਵਲ ਕੁਰਲੀਆਂ ਕਰ ਰਹੇ ਹੋ ਜ਼ਬਾਨ ਨਾਲ, ਅੰਦਰ ਨਹੀਂ ਉਤਰ ਰਿਹਾ। ਭਾਈ ਕਾਨ ਸਿੰਘ ਜੀ ਨੇ, ਮਹਾਨ ਵਿਦਵਾਨ ਸਨ ਭਾਈ ਕਾਨ ਸਿੰਘ ਜੀ ਨਾਭਾ।
ਜ਼ਿੰਦਗੀ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਉਹਨਾਂ ਨੇ ਪੰਥ ਦੀ ਸੇਵਾ ਕਰਦਿਆਂ, ਲਿਖਣ ਦੀ ਸੇਵਾ, ਮਹਾਨ ਕੋਸ਼ ਜੈਸੇ ਮਹਾਨ ਗ੍ਰੰਥ ਭਾਈ ਕਾਨ ਸਿੰਘ ਸਾਹਿਬ ਨੇ ਲਿਖੇ, ਗੁਰਮਤਿ ਮਾਰ ਤੰਡ ਲਿਖਿਆ, ਗੁਰਛੰਦ ਦਿਵਾਕਰ ਲਿਖਿਆ, ਗੁਰਮਤਿ ਸੁਧਾਕਰ ਲਿਖਿਆ, ਔਰ ਇਸੇ ਤਰ੍ਹਾਂ ਜਿਸ ਵਕਤ ਸਿੱਖਾਂ ਨੂੰ ਹਿੰਦੂ ਕਹਿਣ ਵਾਸਤੇ ਪ੍ਰੇਰਿਤ ਕੀਤਾ ਗਿਆ ਵੀ ਸਿੱਖ ਵੀ ਹਿੰਦੂ ਨੇ, ਤਾਂ ਭਾਈ ਸਾਹਿਬ ਨੇ ਬੜਾ ਠੋਕ ਕੇ ਜਵਾਬ ਦਿੱਤਾ, ਭਾਈ ਕਾਨ ਸਿੰਘ ਨੇ ਇੱਕ ਪੁਸਤਕ ਲਿਖੀ, ਹਮ ਹਿੰਦੂ ਨਹੀਂ। ਸਾਡਾ ਸਿਧਾਂਤ ਵੱਖਰਾ। ਉਹ ਕਹਿੰਦੇ ਜੇ ਨਿਰਵੈਰ ਨਿਰਵੈਰ ਕਹਿੰਦੇ ਆ ਜਾਂ ਨਿਰਭਉ ਨਿਰਭਉ ਕਹਿੰਦੇ ਆ, ਤੁਹਾਡੇ ਹਿਰਦੇ 'ਚ ਅਵਸਥਾ ਨਹੀਂ ਬਣੀ, ਤਾਂ ਇਹਦਾ ਮਤਲਬ ਹੈ ਕਿ ਤੁਸੀਂ ਜ਼ੁਬਾਨ ਤੋਂ ਕੁਰਲੀਆਂ ਕੀਤੀਆਂ ਨੇ ਪਰ ਅੰਦਰ ਨਹੀਂ ਉਤਰਿਆ, ਪਾਣੀ ਦੀ ਘੁੱਟ ਭਰੀ, ਕੁਰਲੀ ਕੀਤੀ, ਸੁੱਟ ਦਿੱਤੀ, ਹਿਰਦਾ ਕਿਵੇਂ ਠੰਡਾ ਹੋਣਾ ਸੀ ਜੇ ਅੰਦਰ ਨਿਗਲਿਆ ਹੀ ਨਹੀਂ। ਤੋ ਜਿਨ੍ਹਾਂ ਨੇ ਜਪਿਆ ਉਹ ਨਿਰਭਉ ਹੋ ਗਏ, ਜਿਨ੍ਹਾਂ ਨੇ ਉਸਨੂੰ ਆਪਣੇ ਅੰਦਰ ਸਵੈ ਚਿੰਤਨ ਦੇ ਵਿੱਚ ਲਿਆਂਦਾ ਕਿ ਪਰਮਾਤਮਾ ਨਿਰਭਉ ਹੈ, ਉਹ ਭਉ ਤੋਂ ਰਹਿਤ ਹੈ, ਉਹ ਆਪ ਵੀ ਨਿਰਭਉ ਪਦਵੀ ਨੂੰ ਪ੍ਰਾਪਤ ਹੋ ਗਏ। ਪਰ ਤਨ ਦੁੱਖ ਕਿਛ ਪਾਪ ਨਾ ਫੇੜੇ। ਪਰਾਇਆ ਧਨ ਪਰਾਇਆ ਤਨ ਆਦਿ ਜਿਹੜੇ ਦੋਸ਼ ਨੇ, ਇਹਨਾਂ ਦੋਸ਼ਾਂ ਦੇ ਵਿੱਚ ਉਹ ਕਦੇ ਵੀ ਪ੍ਰਵਿਰਤ ਨਹੀਂ ਹੁੰਦੇ, ਇਹਨਾਂ ਦੋਸ਼ਾਂ ਤੋਂ ਹਮੇਸ਼ਾ ਸੁਤੰਤਰ ਰਹਿੰਦੇ ਹਨ, ਵੱਖਰੇ ਰਹਿੰਦੇ ਨੇ ਰੱਬ ਦੇ ਪਿਆਰੇ। ਜਮ ਜੰਦਾਰ ਨਾ ਆਵੇ ਨੇੜੇ। ਪਰਾਏ ਧਨ ਨੂੰ ਇਸ ਤਰ੍ਹਾਂ ਜਾਣਦੇ ਨੇ ਜਿਵੇਂ ਕਾਂ ਦਾ ਲੋਸਟ ਹੁੰਦਾ ਹੈ, ਕਾਂ ਦੀ ਗੰਦਗੀ ਹੁੰਦੀ ਹੈ। ਪਰਾਏ ਧਨ ਨੂੰ ਇਸ ਤਰ੍ਹਾਂ ਨਸ਼ਵਰ ਅਤੇ ਨਾਸ਼ਵਾਨ ਜਾਣਦੇ ਨੇ ਕਿ ਤਾਂ ਬਿਨਸਣ ਵਾਲਾ ਹੈ, ਮੇਰਾ ਸਵਰੂਪ ਇਹ ਨਹੀਂ ਹੈ, ਇਹ ਤਾਂ ਨਾਸ਼ਵਾਨ ਪਸਾਰਾ ਸਾਰੇ ਜਗਤ ਦਾ। ਵਸਤੂ ਵਿਚਾਰ ਨਾਮਕ ਇੱਕ ਬੜਾ ਪਿਆਰਾ ਸ਼ੁਭ ਗੁਣ ਹੈ, ਵਸਤੂ ਵਿਚਾਰ, ਇਹਦੇ ਨਾਲ ਕਾਮ ਅਤੇ ਜਿੱਤ ਪ੍ਰਾਪਤ ਹੁੰਦੀ ਜਿਹਨਾਂ ਅੰਦਰ ਵਸਤੂ ਵਿਚਾਰ ਆਉਂਦੀ। ਜਿਸ ਨਾਸਕਾ ਨੂੰ ਤੂੰ ਕਹਿਣਾ ਬੜੀ ਸੁੰਦਰ ਹੈ ਕਿੰਸਕ ਦੇ ਫੁੱਲ ਸਮਾਨ, ਅਸਲੀਅਤ ਹੈ ਇਹਦੇ 'ਚ ਸੀਂਡ ਭਰੀ ਹੋਈ ਹੈ। ਜਿਨ ਅੱਖਾਂ ਨੂੰ ਤੂੰ ਬੜੀਆਂ ਕੀਮਤੀ ਅਤੇ ਕਮਲ ਵਰਗੀਆਂ ਦੱਸਦਾ ਹੈ, ਇਹਨਾਂ 'ਚ ਗਿੱਡ ਭਰਿਆ ਹੋਇਆ। ਜਿਨ੍ਹਾਂ ਦੰਦਾਂ ਨੂੰ ਤੂੰ ਕਹਿਣਾ ਮਰਦਬਾਨ ਦੇ ਫੁੱਲਾਂ ਦੇ ਅਨਾਰ ਦੇ ਦਾਣਿਆਂ ਵਾਂਗੂ ਨੇ, ਅਸਲ ਵਿੱਚ ਇਹਨਾਂ 'ਚ ਇੰਨੀ ਮੈਲ ਭਰੀ ਜੇ ਇੱਕ ਦਿਨ ਬੁਰਸ਼ ਨਾ ਹੋਵੇ ਤਾਂ ਇਹੋ ਜਿਹੀ ਦੁਰਗੰਧੀ ਆਉਂਦੀ ਹੈ ਵਿੱਚੋਂ। ਜਿਸ ਚਮੜੀ ਨੂੰ ਤੂੰ ਕਹਿਣਾ ਬੜੀ ਸੁੰਦਰ ਹੈ, ਥੋੜ੍ਹੀ ਜਿਹੀ ਪਾਸੇ ਹਟਾ ਕੇ ਵੇਖ ਵਿੱਚ ਪੂ ਰੇਸ਼ਾ ਅਤੇ ਮਿਝ ਚੱਲਦਾ, ਇਹਨੂੰ ਕਹਿੰਦੇ ਨੇ ਵਸਤੂ ਵਿਚਾਰ। ਵਿਦਿਆਰਥੀਆਂ ਨੂੰ ਸਾਡੇ ਵਿਦਿਆ ਦਾਤਾ ਜੀ ਨੇ ਸਾਨੂੰ ਇੱਕ ਗ੍ਰੰਥ ਪੜ੍ਹਾਇਆ, ਉਸ ਦਾ ਨਾਮ ਸੀ ਵਿਚਾਰ ਸਾਗਰ। ਉਸ ਦੀ ਪੰਜਵੀਂ ਤਰੰਗ ਉਹ ਇਸੇ ਵਿਸ਼ੇ 'ਤੇ ਹੈ, ਵਸਤੂ ਵਿਚਾਰ। ਤੂੰ ਇਹਨੂੰ ਵਸਤੂ ਵਿਚਾਰ ਦੁਆਰਾ ਪਰ ਤਨ ਦੀ ਜਿਹੜੀ ਵਿਰਤੀ ਉਪਜਦੀ ਹੈ ਹਿਰਦੇ ਵਿੱਚ,
ਉਹ ਖਤਮ ਹੋ ਜਾਂਦੇ। ਰੱਬ ਦੇ ਪਿਆਰਿਆਂ ਦੇ ਨੇੜੇ ਨਹੀਂ ਆਉਂਦੇ ਦੋਸ਼, ਪਰਾਏ ਧਨ ਨੂੰ ਮਿੱਟੀ ਸਮਾਨ ਕਰਕੇ ਤਿਆਗ ਦਿੰਦੇ ਨੇ, ਪਰਾਏ ਧਨ ਨੂੰ ਵਸਤੂ ਵਿਚਾਰ ਦੁਆਰਾ ਉਹ ਸ਼ਾਂਤ ਕਰਕੇ ਇਸ ਦੀ ਬਿਰਤੀ ਦਾ ਤਿਆਗ ਕਰ ਦਿੰਦੇ ਨੇ। ਇਹ ਦੋਖ ਅਤੇ ਜਾਂ ਇਹਦੇ ਤੋਂ ਇਲਾਵਾ ਹੋਰ ਜਿਤਨੇ ਪਾਪ ਕਰਮ ਨੇ ਉਹਨਾਂ ਨੂੰ ਨਹੀਂ ਫੇੜੇ, ਮਤਲਬ ਉਹਨਾਂ ਦੇ ਨੇੜੇ ਨਹੀਂ ਆਉਂਦੇ। ਅਤੇ ਫਿਰ ਜਦੋਂ ਐਸੀ ਅਵਸਥਾ 'ਚ ਟਿਕੇ ਹੁੰਦੇ ਨੇ, ਜਮ ਜੰਦਾਰ ਨਾ ਆਵੇ ਨੇੜੇ, ਜਿੰਦ ਦਾ ਜਿਹੜਾ ਵੈਰੀ ਹੈ ਜਮ, ਉਹ ਵੀ ਉਹਨਾਂ ਦੇ ਨੇੜੇ ਨਹੀਂ ਆਉਂਦਾ। ਹਾਂਜੀ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਇਹ ਤ੍ਰਿਸ਼ਨਾ ਦੀ ਅੱਗ ਵਾਹਿਗੁਰੂ ਨੇ, ਪਰਮਾਤਮਾ ਨੇ ਆਪ ਬੁਝਾਈ। ਜਿਨ੍ਹਾਂ ਦੇ ਹਿਰਦੇ 'ਚ ਬੁਝਾਈ, ਉਹਨਾਂ ਹਿਰਦਿਆਂ 'ਚ ਬੁੱਝੀ। ਇਹ ਤ੍ਰਿਸ਼ਨਾ ਦੀ ਅਗਨੀ ਪ੍ਰਭੂ ਨੇ ਆਪ ਤਰਸ ਕਰਕੇ, ਦਇਆ ਕਰਕੇ ਜਿਨ੍ਹਾਂ ਦੇ ਹਿਰਦੇ 'ਚ ਬੁਝਾਈ ਹੈ, ਉਹਨਾਂ ਹਿਰਦਿਆਂ 'ਚ ਅੱਗ ਬੁੱਝਦੀ ਹੈ। ਨਾਨਕ ਉਦਰੇ ਪ੍ਰਭ ਸ਼ਰਨਾਈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਫੁਰਮਾਉਂਦੇ ਨੇ, ਜਿਹੜੇ ਪ੍ਰਭੂ ਦੀ ਸ਼ਰਨ ਪੈ ਜਾਂਦੇ ਨੇ, ਉਹ ਇਸ ਭਾਵ ਸਾਗਰ ਤੋਂ, ਇਸ ਸੰਸਾਰ ਸਮੁੰਦਰ ਤੋਂ ਉੱਧਰ ਜਾਂਦੇ ਨੇ, ਤਰ ਜਾਂਦੇ ਨੇ। ਜਿਹੜੇ ਪ੍ਰਭੂ ਦੀ ਸ਼ਰਨ ਪੈ ਗਏ, ਉੱਧਰ ਗਏ, ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਇਹ ਬਰਕਤ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਲੜੀਵਾਰ ਕਥਾ ਰਾਗ ਟੋਡੀ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਇੱਕ ਸ਼ਬਦ ਰਾਗ ਟੋਡੀ ਦਾ ਆਪਾਂ ਕੱਲ੍ਹ ਵਿਚਾਰਿਆ ਸੀ, ਦੂਸਰਾ ਸ਼ਬਦ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦਾ ਪ੍ਰਾਰੰਭ ਹੁੰਦਾ ਹੈ। ਸਰਵਣ ਕਰੀਏ ਜੀ। ਟੋਡੀ ਮਹੱਲਾ ਪੰਜਵਾਂ, ਘਰ ਪਹਿਲਾ ਦੋਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਟੋਡੀ ਰਾਗ ਹੈ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਸ਼ਬਦ ਪਹਿਲੇ ਘਰ ਸੁਰਤਾਲ ਵਿੱਚ ਗਾਉਣਾ। ਦੋ ਪਦੇ ਨੇ ਇਸ ਸ਼ਬਦ ਦੇ, ਜਿਹੜੇ ਅੱਗੇ ਸ਼ਬਦ ਆਉਣੇ ਆ ਦੋ ਪਦਿਆਂ ਵਾਲੇ ਆਉਣੇ ਨੇ। ਮੰਗਲਾਚਰਨ ਕੀਤਾ ਇੱਕ ਹੈ, ਓਅੰਕਾਰ ਵਿਆਪਕ ਹੈ, ਸਰਬ ਦਾ ਪ੍ਰਕਾਸ਼ਕ ਹੈ। ਤ੍ਰੈਕਾਲ ਸਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਵਰੂਪ ਹੈ। ਸੰਤਨ ਅਵਰ ਨ ਕਾਹੂ ਜਾਨੀ। ਪਿਆਰੇ ਸੰਤ ਜਨਾਂ ਨੇ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਆਪਣੀ ਪ੍ਰੀਤ ਕਿਤੇ ਹੋਰ ਜਾਣੀ ਨਹੀਂ। ਉਹਨਾਂ ਦੇ ਅੰਦਰ ਜਿਹੜੀ ਪ੍ਰੀਤ ਹੈ, ਉਹ ਕੇਵਲ ਉਸ ਹਰੀ ਦੀ ਹੈ, ਅਕਾਲ ਪੁਰਖ ਦੀ ਹੈ। ਉਸ ਹਰੀ ਦੀ ਪ੍ਰੀਤ ਤੋਂ ਬਿਨਾਂ ਉਹਨਾਂ ਕਿਸੇ ਹੋਰ ਜਗ੍ਹਾ 'ਤੇ, ਕਿਸੇ ਹੋਰ ਵਸਤੂ 'ਤੇ, ਕਿਸੇ ਹੋਰ ਜੀਵ 'ਤੇ, ਜੰਤੂ 'ਤੇ ਆਪਣੀ ਪ੍ਰੀਤ ਜਾਣੀ ਨਹੀਂ, ਕੇਵਲ ਹਰੀ ਨਾਲ ਪ੍ਰੀਤ ਕੀਤੀ ਹੈ। ਹਰੀ ਨਾਲ ਪ੍ਰੀਤ ਕਰਨ ਵਾਲੇ ਕੀ ਸੰਸਾਰ ਨਾਲ ਦੁਸ਼ਮਣੀ ਰੱਖਦੇ? ਕੋਈ ਪੁੱਛੇ, ਲੋਕਾਂ ਨਾਲ ਦੁਸ਼ਮਣੀ ਰੱਖਦੇ ਹੋ? ਨਹੀਂ, ਉਹ ਸੰਸਾਰ ਨਾਲ ਵੀ ਪ੍ਰੀਤ ਕਰਦੇ ਨੇ, ਪਰ ਉਹਨਾਂ ਦਾ ਨਜ਼ਰੀਆ ਇਹ ਹੁੰਦਾ ਵੀ ਇਹ ਕੁਦਰਤ ਮੇਰੇ ਕਾਦਰ ਦੀ ਹੈ ਤਾਂ ਪ੍ਰੀਤ ਕਰਦੇ ਨੇ। ਉੱਦਾਂ ਇਸ ਕੁਦਰਤ ਨਾਲ ਉਹਨਾਂ ਦਾ ਕੋਈ ਵਾਹ ਵਾਸਤਾ ਨਹੀਂ। ਉਹ ਕਹਿੰਦੇ ਮੇਰੇ ਕਾਦਰ ਦੀ ਕੁਦਰਤ ਹੈ, ਮੇਰੇ ਸੋਹਣੇ ਰੱਬ ਦੀ ਕੁਦਰਤ ਹੈ, ਤਾਂ ਇਸ ਕੁਦਰਤ ਨਾਲ ਪ੍ਰੇਮ ਕਰਦੇ ਹੈ।
ਉਹਦੇ ਕਰਕੇ ਹੈ, ਉਸ ਬਿਨਾਂ ਨਹੀਂ। ਬਾਕੀ ਜੇ ਉਹਨੂੰ ਛੱਡ ਕੇ ਕੇਵਲ ਜੀਵਾਂ ਦੇ ਨਾਲ ਪ੍ਰੀਤ ਹੋਵੇ ਤਾਂ ਉਹ ਪ੍ਰੀਤ ਸੱਤ ਨਹੀਂ, ਸਦੈਵੀ ਨਹੀਂ, ਉਹ ਟੁੱਟ ਜਾਣ ਵਾਲੀ ਹੈ, ਉਹ ਜਗਤ ਦੀ ਝੂਠੀ ਪ੍ਰੀਤ ਹੈ। ਜਗਤ ਦੀ ਉਹ ਝੂਠੀ ਪ੍ਰੀਤ ਕੇਵਲ ਇਸ ਕਰਕੇ ਹੈ ਜਦੋਂ ਤੱਕ ਤੁਸੀਂ ਉਹਨਾਂ ਦਾ ਸਵਾਰਥ ਪੂਰਾ ਕਰਦੇ। ਸਭ ਆਪਣੇ ਸੁੱਖ ਕਰਕੇ ਤੁਹਾਡੇ ਨਾਲ ਪ੍ਰੀਤ ਕਰਦੇ ਨੇ। ਅਗਰ ਤੁਸੀਂ ਕਿਸੇ ਲਈ ਸੁਖਦਾਈ ਨਹੀਂ ਹੋ, ਕੋਈ ਤੁਹਾਡੇ ਨਾਲ ਪ੍ਰੀਤ ਨਹੀਂ ਕਰੇਗਾ। ਤੁਸੀਂ ਕਿਸੇ ਲਈ ਸੁਖਦਾਈ ਹੋ, ਤੁਸੀਂ ਕਿਸੇ ਦਾ ਸਵਾਰਥ ਪੂਰਾ ਕਰਦੇ ਹੋ ਤਾਂ ਸਾਰੇ ਤੁਹਾਡੇ ਨਾਲ ਪ੍ਰੇਮ ਕਰਦੇ ਆ। ਤੁਸੀਂ ਕਿਸੇ ਕੰਮ ਦੇ ਨਾ ਰਹੋ, ਕਿਸੇ ਲਈ ਸੁਖਦਾਈ ਹੋਣ ਦੀ ਬਜਾਏ ਕਿਸੇ ਲਈ ਭਾਰ ਬਣ ਜਾਓ, ਉਹ ਲੋਕ ਪ੍ਰੀਤ ਨਹੀਂ ਕਰਨਗੇ। ਤਰਸ ਤਾਂ ਕਰ ਸਕਣਗੇ ਤੁਹਾਡੇ 'ਤੇ, ਤਰਸ ਤਾਂ ਕਰਨਗੇ, ਉਹ ਭਾਵੇਂ ਕਰ ਵੀ ਸਕਦੇ ਆ, ਹੋਣਗੇ ਤਰਸ ਦਿਆਲੂ, ਪ੍ਰੀਤ ਨਹੀਂ। ਇਸ ਕਰਕੇ ਸੰਤ ਜਨਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਆਪਣੀ ਪ੍ਰੀਤ ਕਿਤੇ ਹੋਰ ਨਹੀਂ ਜਾਣੀ। ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ। ਜਿਹੜੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਹਰੀ ਕੇ ਦਾਸ ਨੇ, ਜਿਨ੍ਹਾਂ ਦੇ ਪੱਖ ਵਿੱਚ ਉਹ ਸੁਆਮੀ ਖਲੋ ਗਿਆ, ਜਿਨ੍ਹਾਂ ਦੇ ਪੱਖ ਵਿੱਚ ਉਹ ਸੁਆਮੀ ਖੜਾ, ਵੀ ਮੈਂ ਹਾਂ ਇਹਨਾਂ ਦਾ, ਮੈਂ ਇਹਨਾਂ ਦਾ ਸੁਆਮੀ ਹਾਂ, ਮੈਂ ਇਹਨਾਂ ਵੱਲੇ ਹਾਂ। ਕਹਿ ਦਿਓ ਬਾਦਸ਼ਾਹ ਨੂੰ, ਜਹਾਂਗੀਰ ਨੂੰ, ਆਹ ਜਿਹੜੇ ਰਾਜੇ ਆ 52, ਇਹਨਾਂ ਵੱਲ ਅਸੀਂ ਖੜੇ ਹਾਂ, ਇਹਨਾਂ ਦਾ ਮੈਂ ਹਾਂ। ਜੋੜ ਮੇਲਾ ਆ ਰਿਹਾ ਦੀਵਾਲੀ ਦਾ, ਜਿਸ ਦੇ ਪੱਖ ਵਿੱਚ ਮੇਰੇ ਸੁਆਮੀ ਜੀ ਖੜ ਗਏ ਨੇ, ਜਿਨ੍ਹਾਂ ਦਾ ਪੱਖ ਉਹ ਕਰਦੇ, ਕਿਹਨਾਂ ਦਾ ਪੱਖ ਨੇ ਜਿਹੜੇ ਉਹਦੇ ਹੋ ਜਾਣ, ਉਹਦੇ ਪੱਖ, ਫਿਰ ਉਹ ਬੇਪਰਵਾਹ ਹੋ ਜਾਂਦੇ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ, ਬੇਪਰਵਾਹ, ਬੇਪਰਵਾਹੀ ਦੇ ਰੰਗ ਦੇ ਵਿੱਚ। ਬੇਪਰਵਾਹੀ ਦਾ ਮਤਲਬ ਕੌਣ ਕੀ ਆਖਦਾ ਹੈ, ਕੌਣ ਕੀ ਕਹਿੰਦਾ, ਉਹਨਾਂ ਦੀ ਅਵਸਥਾ ਇਹੋ ਜਿਹੀ ਹਾਥੀਆਂ ਵਾਂਗੂ ਝੂਲ ਕੇ ਮਸਤ ਕੇ ਲੰਘਦੇ ਨੇ, ਹਾਥੀਆਂ ਦੇ ਆਲੇ ਦੁਆਲੇ ਪੈਰਾਂ ਵਿੱਚ ਕੁੱਤੇ ਭੌਂਕਦੇ ਹੁੰਦੇ ਆ, ਉਹਨਾਂ ਦੀ ਚਾਲ ਕਦੇ ਵਿਗੜਦੀ ਨਹੀਂ, ਲੜਖੜਾਉਂਦੀ ਨਹੀਂ, ਉਹਨਾਂ ਨੂੰ ਪਤਾ ਵੀ ਇਹਨਾਂ ਨਾਲ ਮੇਰਾ ਕੋਈ ਮੁਕਾਬਲਾ ਨਹੀਂ, ਇਹ ਕੀ ਮੇਰਾ ਮੁਕਾਬਲਾ ਕਰਨਗੇ। ਉਹ ਆਪਣੀ ਮਸਤੀ ਨਹੀਂ ਛੱਡਦਾ। ਇੱਦਾਂ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਰੰਗ 'ਚ ਭਿੱਜ ਗਏ ਨੇ, ਜਿਨ੍ਹਾਂ ਦੇ ਪੱਖ ਵਿੱਚ ਸੁਆਮੀ ਜੀ ਖਲੋ ਗਏ ਨੇ, ਉਹ ਫਿਰ ਬੇਪਰਵਾਹ ਹੋ ਗਏ। ਉਹ ਕਹਿੰਦੇ ਹੁਣ ਕਰਤਾ ਪੁਰਖ ਆਪ ਆਣ ਖਲੋਤਾ ਸਾਡੇ ਨਾਲ, ਵਿੱਚ ਕਰਤਾ ਪੁਰਖ ਖਲੋਇਆ ਵਾਲ ਨਾ ਵਿੰਗਾ ਹੋਆ। ਹੁਣ ਤਾਂ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਸਾਡਾ, ਉਸ ਮਾਲਕ ਦੀ ਪਨਾਹ ਵਿੱਚ, ਉਸ ਸਵਾਮੀ ਦੀ ਸ਼ਰਨ ਵਿੱਚ ਪੈ ਗਏ। ਰਹਾਉ ਊਚ ਸਮਾਨਾ ਠਾਕੁਰ ਤੇਰੋ,
ਅਵਰ ਨ ਕਾਹੂ ਤਾਨੀ। ਸਮਾਨਾ ਕਹਿੰਦੇ ਸ਼ਮਿਆਨੇ ਨੂੰ ਉੱਚਾ ਜਿਹਾ ਵੱਡਾ ਤੰਬੂ ਲੱਗਾ ਹੋਵੇ। ਹੇ ਠਾਕੁਰ, ਤੇਰਾ ਜਿਹੜਾ ਤੰਬੂ ਹੈ ਨਾ ਸ਼ਮਿਆਨਾ, ਬੜਾ ਵੱਡਾ ਤਣਿਆ ਹੋਇਆ। ਆਹ ਜਿਹੜਾ ਆਕਾਸ਼ ਹੈ ਸਾਰਾ, ਇਹ ਤੇਰਾ ਸ਼ਮਿਆਨਾ ਹੈ, ਤੰਬੂ ਹੈ, ਇਹ ਤੇਰਾ ਮਹਾਰਾਜ। ਜਿਵੇਂ ਬਾਦਸ਼ਾਹਾਂ ਦੇ ਸ਼ਮਿਆਨੇ ਹੁੰਦੇ ਆ ਨਾ, ਇਹ ਤੇਰਾ ਸ਼ਮਿਆਨਾ। ਇਸ ਸ਼ਮਿਆਨੇ ਦੇ ਬਰਾਬਰ ਕਿਸੇ ਦੂਸਰੇ ਦਾ ਕੋਈ ਸ਼ਮਿਆਨਾ ਤਣਿਆ ਹੀ ਨਹੀਂ ਜਾ ਸਕਦਾ। ਏਡਾ ਵੱਡਾ ਸ਼ਮਿਆਨਾ ਤੇਰਾ, ਆਹ ਕਿੱਡਾ ਵੱਡਾ ਤੰਬੂ। ਆਕਾਸ਼ ਹੀ ਆਕਾਸ਼, ਜਿੱਧਰ ਜਾਓ ਆਕਾਸ਼ ਹੀ ਆਕਾਸ਼, ਉਤਾਂਹ ਨੂੰ ਚਲੇ ਜਾਓ ਆਕਾਸ਼ ਹੀ ਆਕਾਸ਼। ਇਹਦਾ ਕੋਈ ਥੋ ਹੈ? ਇਹ ਕਿੱਡਾ ਵੱਡਾ ਸ਼ਮਿਆਨਾ ਮਹਾਰਾਜ, ਕਿੱਡਾ ਵੱਡਾ ਤੰਬੂ ਤਣਿਆ ਹੋਇਆ ਤੁਹਾਡਾ। ਹੁਣ ਅਵਰ ਨਾ ਕਾਹੂ ਤਾਨੀ, ਕਿਸੇ ਹੋਰ ਦੇ ਵਿੱਚ ਇੰਨੀ ਤਾਕਤ ਨਹੀਂ ਕਿ ਤੁਹਾਡੇ ਸ਼ਮਿਆਨੇ ਦੇ ਬਰਾਬਰ ਕੋਈ ਦੂਸਰਾ ਸ਼ਮਿਆਨਾ ਤਾਣ ਸਕੇ। ਤਾਣਿਆ ਹੀ ਨਹੀਂ ਜਾ ਸਕਦਾ। ਗੱਲ ਇਹ ਹੈ ਮੋਟੇ ਲਫਜ਼ਾਂ ਵਿੱਚ ਕਿ ਵਾਹਿਗੁਰੂ, ਤੇਰੇ ਵਰਗਾ ਕੋਈ ਦੂਜਾ ਨਹੀਂ ਹੈ, ਤੇਰੇ ਵਰਗਾ ਤੂੰ ਹੀ ਹੈ। ਜੇ ਕੋਈ ਬਰਾਬਰੀ ਕਰਨਾ ਚਾਹੇ ਤਾਂ ਤੇਰੀ ਕੋਈ 12 ਯੋਜਨਾ ਛਤਰ ਚੱਲ ਪਿਆ ਸੀ, ਪਰ 12 ਯੋਜਨਾ ਬਾਅਦ ਖਤਮ ਹੋ ਗਿਆ। ਕੋਈ ਇਹਦੇ ਤੋਂ ਵੱਧ ਵੀ ਕਰ ਲਵੇ, ਕਿੰਨਾ ਕੁ ਵੱਧ ਕਰ ਲਵੇਗਾ ਕੋਈ? ਜਿੱਡਾ ਵੱਡਾ ਸ਼ਮਿਆਨਾ ਹੈ ਮਾਲਕ, ਹੈ ਸਵਾਮੀ, ਤੇਰਾ ਤਣਿਆ ਹੋਇਆ ਨਾ, ਇਹਦੇ ਬਰਾਬਰ ਕੁਝ ਵੀ ਨਹੀਂ, ਇਹਦੇ ਤੁਲ ਕੋਈ ਦੂਜਾ ਨਹੀਂ ਸ਼ਮਿਆਨਾ ਤਾਣ ਸਕਦਾ। ਐਸੋ ਅਮਰ ਮਿਲਿਓ ਭਗਤਨ ਕਉ, ਰਾਚ ਰਹੇ ਰੰਗ ਗਿਆਨੀ। ਹੁਣ ਜਿੱਥੇ ਤਾਈਂ ਇਹ ਤੇਰਾ ਸ਼ਮਿਆਨਾ ਤਣਿਆ ਹੋਇਆ, ਉੱਥੇ ਤਾਈਂ ਤੇਰਾ ਅਮਰ ਹੁਕਮ ਚੱਲਦਾ। ਹਰ ਜਗ੍ਹਾ 'ਤੇ ਤੇਰਾ ਹੁਕਮ ਚੱਲਦਾ, ਅਤੇ ਏਡਾ ਵੱਡਾ ਹੁਕਮ ਕਰਨ ਵਾਲਾ ਹੁਕਮੀ ਉਹ ਰੱਬ ਦੇ ਪਿਆਰਿਆਂ ਨੂੰ, ਭਗਤਾਂ ਨੂੰ ਪ੍ਰਾਪਤ ਹੋ ਗਿਆ। ਫਿਰ ਉਹ ਕਿਹੜਾ ਛੋਟੇ ਰਹੇ? ਇਹੋ ਜਿਹਾ ਅਮਰ, ਅਮਰ ਦਾ ਅਰਥ ਅਮਰ ਵੀ ਕੀਤਾ ਹੋਇਆ, ਜੋ ਕਦੇ ਨਹੀਂ ਬਿਨਸਦਾ। ਅਮਰ ਦਾ ਮਤਲਬ ਹੁਕਮ ਵੀ ਹੁੰਦਾ, ਹੁਕਮ ਕਰਨ ਵਾਲਾ, ਹੁਕਮੀ। ਮਿਲਿਓ ਭਗਤਨ ਕੋ, ਉਹ ਭਗਤਾਂ ਨੂੰ ਆ ਮਿਲਿਆ, ਭਗਤਾਂ ਨੂੰ ਆਣ ਪ੍ਰਾਪਤ ਹੋਇਆ। ਰਾਚ ਰਹੇ ਰੰਗ ਗਿਆਨੀ, ਜਿਹੜੇ ਗਿਆਨਵਾਨ ਤੱਤਵ ਗਿਆਨੀ ਸਨ, ਮੇਰੇ ਵਰਗੇ ਕਰੜ ਗਿਆਨੀ ਨਹੀਂ, ਤੱਤਵ ਗਿਆਨੀ, ਬ੍ਰਹਮ ਗਿਆਨੀ, ਹੇ ਵਾਹਿਗੁਰੂ, ਉਹ ਤੇਰੇ ਪ੍ਰੇਮ ਦੇ ਰੰਗ ਵਿੱਚ ਰਚ ਗਏ, ਉਹ ਤੇਰੇ ਰੰਗ ਵਿੱਚ, ਪ੍ਰੇਮ ਦੇ ਰੰਗ ਵਿੱਚ ਰਚ ਰਹੇ ਹਨ। ਔਰ ਇਹੋ ਜਿਹਾ ਅਮਰ ਜਿਸ ਦਾ ਇਹ ਸ਼ਮਿਆਨਾ ਤਣਿਆ ਹੋਇਆ ਆਕਾਸ਼ ਰੂਪੀ, ਚਾਰੇ ਪਾਸੇ ਜਿਸ ਦੇ ਹੁਕਮ ਦਾ ਸ਼ਮਿਆਨਾ ਤਣਿਆ ਹੋਇਆ, ਉਹ ਹੁਕਮੀ ਆਪਣੇ ਭਗਤਾਂ ਨੂੰ, ਆਪਣੇ ਪਿਆਰਿਆਂ ਨੂੰ ਆ ਮਿਲਿਆ ਹੈ। ਰੋਗ ਸੋਗ ਦੁੱਖ ਜਰਾ ਮਰਾ, ਹਰ ਜਨ ਹੈ ਨਹੀਂ ਨਿਕਟਾਨੀ। ਰੋਗ ਸੋਗ ਦੁੱਖ ਬੁਢੇਪਾ, ਮਰਨਾ ਤੇ ਜੰਮਣਾ, ਇਹ ਜਿੰਨੇ ਡਰ ਨੇ ਨਾ, ਸਾਰੇ ਡਰ ਨੇ। ਰੋਗ ਦਾ ਵੀ ਡਰ ਹੈ, ਸੋਗ ਦਾ ਵੀ ਡਰ ਹੈ, ਦੁੱਖ ਦਾ ਵੀ ਡਰ ਹੈ, ਬੁਢੇਪੇ ਦਾ ਵੀ ਡਰ ਹੈ, ਜਨਮ ਮਰਨ ਦਾ ਵੀ ਡਰ ਹੈ, ਇਹ ਜਿੰਨੇ ਡਰ ਨੇ, ਹੇ ਵਾਹਿਗੁਰੂ, ਜਿਹੜੇ ਤੇਰੇ ਜਨ ਨੇ ਉਹਨਾਂ ਦੇ ਨੇੜੇ ਵੀ ਨਹੀਂ ਫਰਕਦੇ, ਇਹ ਡਰ ਉਹਨਾਂ ਨੂੰ ਨਹੀਂ ਵਿਆਪਦਾ। ਹਰ ਜਨ ਹੈ ਨਹੀਂ ਨਿਕਟਾਨੀ,
ਹਰੀ ਦੇ ਜਨਾਂ ਦੇ ਨੇੜੇ ਵੀ ਨਹੀਂ ਆਉਂਦੇ ਡਰ, ਉਹ ਇਹਨਾਂ ਸਾਰੇ ਡਰਾਂ ਤੋਂ ਰਹਿਤ ਹੋ ਜਾਂਦੇ। ਤਦੇ ਉੱਤੇ ਕਹਿ ਆਏ ਨੇ ਬੇਪਰਵਾਹ, ਉਹਨਾਂ ਨੂੰ ਇਹ ਡਰ ਨਹੀਂ ਵਿਆਪਦਾ। ਉਹ ਕਹਿੰਦੇ ਜੋ ਹੋਣਾ ਉਹ ਤਾਂ ਹੋਵੇਗਾ ਹੀ, ਪੈ ਕਿਸ ਗੱਲ ਦਾ ਕਰਨਾ। ਜੇ ਕਰਨ ਵਾਲਾ ਮੇਰਾ ਸਵਾਮੀ ਹੈ ਅਤੇ ਉਹੀ ਮੇਰੇ ਪੱਖ ਵਿੱਚ ਖਲੋਤਾ, ਮੇਰੇ ਵੱਲ ਖਲੋਤਾ, ਤਾਂ ਫਿਰ ਮੈਨੂੰ ਕਿਸ ਗੱਲ ਦਾ ਡਰ। ਜੋ ਹੋਵੇਗਾ ਭਲਾ ਹੋਵੇਗਾ, ਅਤੇ ਫਿਰ ਜੋ ਹੋਣ ਕਰਨ ਵਾਲਾ ਹੈ ਉਹ ਵੀ ਮੇਰਾ ਮਾਲਕ ਹੈ, ਉਹ ਮੇਰੇ ਵੱਲ ਖਲੋਤਾ ਹੋਇਆ, ਮੇਰੇ ਪੱਖ 'ਚ ਖਲੋਤਾ ਹੋਇਆ, ਅਤੇ ਫਿਰ ਡਰ ਕਿਸ ਬਾਤ ਦਾ, ਪੈ ਕਿਸ ਬਾਤ ਦਾ। ਕਹਿੰਦੇ ਇਸ ਕਰਕੇ ਇਹ ਡਰ ਉਹਨਾਂ ਹਰੀ ਦੇ ਜਨਾਂ ਦੇ ਨੇੜੇ ਨਹੀਂ ਆਉਂਦੇ। ਨਿਰਭਉ ਹੋਏ ਰਹੇ ਲਿਵ ਇਕਾ, ਨਾਨਕ ਹਰ ਮਨ ਮੰਨੇ। ਇਹਨਾਂ ਨੇ ਹਰੀ ਨੂੰ ਆਪਣੇ ਮਨ ਵਿੱਚ ਮੰਨ ਲਿਆ ਹੈ ਔਰ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਆਪਣੀ ਲਿਵ ਲਾ ਲਈ ਹੈ। ਮਹਾਰਾਜ ਜੀ ਕਹਿੰਦੇ ਉਹ ਨਿਰਭਉ ਹੋ ਗਏ ਹਨ, ਉਹ ਨਿਡਰ ਹੋ ਗਏ, ਨਿਰਭੈਤਾ ਸਹਿਤ ਨਿਰਭਉ ਪਦਵੀ ਨੂੰ ਪ੍ਰਾਪਤ ਹੋ ਗਏ। ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ। ਰਾਗ ਟੋਡੀ ਵਿੱਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਵਿਸਰੇ ਅਤੇ ਜੀਵ ਦੇ ਪੱਲੇ ਸਦਾ ਖੁਆਰੀ ਪਈ ਰਹਿੰਦੀ ਹੈ। ਇਹ ਜੀਵ ਸਦਾ ਖੁਆਰ ਹੁੰਦਾ, ਜੰਮਦਾ ਮਰਦਾ ਰਹਿੰਦਾ, ਭਟਕਦਾ ਰਹਿੰਦਾ, ਭਰਮਦਾ ਰਹਿੰਦਾ ਹਰੀ ਨੂੰ ਵਿਸਾਰ ਕੇ। ਤਾ ਕੋ ਧੁਖਾ ਕਹਾ ਬਿਆਪੈ, ਜਾ ਕੋ ਓਟ ਤੁਹਾਰੀ। ਮਹਾਰਾਜ ਜਿਨ੍ਹਾਂ ਨੂੰ ਤੁਹਾਡੀ ਓਟ ਹੈ, ਜਿਨ੍ਹਾਂ ਨੂੰ ਤੁਹਾਡਾ ਆਸਰਾ, ਉਹਨਾਂ ਨੂੰ ਕਦੇ ਮਾਇਆ ਦਾ ਧੋਖਾ ਨਹੀਂ ਵਿਆਪਦਾ। ਉਹਨਾਂ ਨੂੰ ਇਹ ਸੰਸਾਰ ਦਾ ਧੋਖਾ, ਮਾਇਆ ਦਾ ਧੋਖਾ ਨਹੀਂ ਵਿਆਪਦਾ। ਮਹਾਰਾਜ ਜਿਨ੍ਹਾਂ ਨੂੰ ਤੁਹਾਡੀ ਓਟ, ਤੁਹਾਡਾ ਆਸਰਾ ਹੈ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਇਹ ਜੀਵਨ ਇਸ ਤਰ੍ਹਾਂ ਬਲਨਾ ਬੀਤ ਰਿਹਾ। ਬਲਨਾ ਦਾ ਮਤਲਬ ਬੀਤ ਰਿਹਾ, ਜਾ ਰਿਹਾ, ਜਿਵੇਂ ਸੱਪ ਦੀ ਉਮਰ ਹੁੰਦੀ ਹੈ। ਸੱਪ ਦੀ ਉਮਰ ਜਿਵੇਂ ਜਿਵੇਂ ਜਾਂਦੀ ਹੈ, ਉਹਦੇ ਅੰਦਰ ਜ਼ਹਿਰ ਵੱਧਦਾ, ਉਹ ਦੁਖੀ ਹੁੰਦਾ। ਮਨਮੁੱਖ ਸਾਕਤ ਅਤੇ ਦੁਰਜਨ ਮਨੁੱਖ ਦੀ ਜ਼ਿੰਦਗੀ ਜਿਵੇਂ ਜਿਵੇਂ ਬੀਤਦੀ ਹੈ, ਉਹਦੇ ਅੰਦਰ ਵੀ ਜ਼ਹਿਰ ਵੱਧਦਾ ਚੱਲਿਆ ਜਾਂਦਾ, ਬਿਖ ਵੱਧਦਾ ਚੱਲਿਆ ਜਾਂਦਾ, ਉਹ ਹੋਰ ਸੜੂ ਸੜੂ ਹੁੰਦਾ ਚੱਲਿਆ ਜਾਂਦਾ, ਹੋਰ ਈਰਖਾਲੂ ਹੁੰਦਾ ਚੱਲਿਆ ਜਾਂਦਾ, ਹੋਰ ਦੁਵੈਸ਼ ਤ੍ਰਿਸ਼ਨਾਲੂ, ਇਹ ਬਿਰਤੀ ਹੋਰ ਜ਼ਿਆਦਾ ਉਹਦੇ ਅੰਦਰ ਵੱਧਦੀ ਚਲੀ ਜਾਂਦੀ ਹੈ। ਜੈਸੇ ਸੱਪ ਦੇ ਅੰਦਰ ਜ਼ਹਿਰ ਵੱਧਦਾ, ਇੱਦਾਂ ਮਨਮੁੱਖ ਦੇ ਅੰਦਰ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਜਿਹੜਾ ਜੀਵਨ ਬੀਤਦਾ, ਉਹਦਾ ਉਹ ਜ਼ਹਿਰ ਦੇ ਸਮਾਨ, ਬਿਖ ਦੇ ਸਮਾਨ ਹੈ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚੱਲੈ ਗੋ ਹਰੀ। ਨੌ ਖੰਡ ਪ੍ਰਿਥਵੀ ਦਾ ਕੋਈ ਰਾਜ ਕਮਾ ਲਵੇ, ਇੱਥੇ ਇੱਕ ਦੋ ਦਸ ਵੀਹ ਦੇਸ਼ ਦੀ ਗੱਲ ਨਹੀਂ ਹੋ ਰਹੀ ਵੀ ਉਹਨਾਂ ਦਾ ਰਾਜ। ਨੌ ਖੰਡ ਧਰਤੀ ਹੈ ਅਤੇ ਨੌ ਖੰਡ ਪ੍ਰਿਥਵੀ ਦੇ ਉੱਤੇ ਜਿਹਦਾ ਰਾਜ ਚੱਲੇ, ਐਡਾ ਵੱਡਾ ਰਾਜਾ ਹੋ ਜਾਏ, ਹੋਇਆ ਨਹੀਂ ਕੋਈ ਐਸਾ, ਪਰ ਹੋ ਜੇ ਕੋਈ, ਬਣ ਜੇ ਕੋਈ, ਤਾਂ ਕੀ ਹੋਵੇਗਾ? ਜੋ ਮਰੇਗਾ ਤਾਂ ਕਹਾਂਗੇ ਵੀ ਜਿੱਤ ਕੇ ਗਿਆ।
ਮਰਨ ਤੋਂ ਬਾਅਦ ਇਹੀ ਕਿਹਾ ਜਾਏਗਾ ਕਿ ਆਪਣੀ ਜ਼ਿੰਦਗੀ ਦੀ ਬਾਜ਼ੀ ਜ਼ਰੂਰ ਹਾਰ ਗਿਆ, ਦੁਨੀਆ ਭਾਵੇਂ ਸਾਰੀ ਜਿੱਤ ਲਈ ਹਾਰ ਕੇ ਚਲਾ ਗਿਆ, ਹਾਰ ਹੀ ਗਿਆ ਨਾ ਮੌਤ ਦੇ ਸਾਹਮਣੇ। ਜਿਹੜਾ ਦੁਨੀਆ ਨੂੰ ਜਿੱਤਦਾ ਸੀ ਸਿਕੰਦਰ, ਮੌਤ ਸਾਹਮਣੇ ਹਾਰ ਗਿਆ। ਅਤੇ ਜਿਹੜਾ ਮੌਤ ਦੇ ਸਾਹਮਣੇ ਹਾਰ ਜਾਏ ਤਾਂ ਫਿਰ ਉਹਨੂੰ ਜੇਤੂ ਕਿਵੇਂ ਕਹਿ ਸਕਦੇ ਹਾਂ? ਜੇਤੂ ਤਾਂ ਉਹ ਹੈ ਵੀ ਮੌਤ ਆ ਗਈ ਹੈ, ਸਿਰ ਲੱਥਿਆ ਹੋਇਆ ਤਲੀ 'ਤੇ ਰੱਖ ਲਿਆ, ਮਜਾਲ ਹੈ ਮੌਤ ਆ ਜਾਏ। ਮੌਤ ਅੱਗੇ ਵੀ ਨਾ ਹਾਰੇ, ਇਹੋ ਜਿਹੇ ਸਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ। ਉਹ ਜਿੱਤੇ ਹੋਏ ਨੇ। ਦੂਜੇ ਪਾਸੇ ਧਰਤੀ ਦਾ ਰਾਜ ਕਮਾਉਣ ਵਾਲੇ ਰਾਜੇ ਨੇ, ਬਾਦਸ਼ਾਹ ਨੇ, ਬੜੇ ਬੜੇ ਵੱਡੇ ਰਾਜੇ, ਉਹ ਮੌਤ ਅੱਗੇ ਹਾਰ ਜਾਂਦੇ ਨੇ। ਉਹ ਆਪਣਾ ਸਾਰਾ ਜਨਮ ਹੀ ਹਾਰ ਜਾਂਦੇ ਆ, ਸਾਰੀ ਜ਼ਿੰਦਗੀ। ਉਹ ਅੰਤ ਨੂੰ ਉਹਨਾਂ ਦੇ ਪੱਲੇ ਪਛਤਾਵਾ ਹੀ ਰਹਿ ਜਾਂਦਾ ਵੀ ਮੈਂ ਇੰਨਾ ਕੁਝ ਜੋੜਿਆ, ਇਕੱਠਾ ਕੀਤਾ, ਹੁਣ ਛੱਡ ਕੇ ਚੱਲਿਆ। ਇਸੇ ਪਛਤਾਵੇ 'ਚ ਮਰ ਜਾਂਦੇ ਆ, ਫਿਰ ਉੱਥੇ ਹੀ ਭਟਕਦੇ ਫਿਰਦੇ ਆ। ਕਲਗੀਧਰ ਪਾਤਸ਼ਾਹ ਨੇ ਨਾ ਇੱਕ ਤਿੱਤਰ ਨੂੰ ਮਾਰਿਆ। ਮਹਾਰਾਜ ਕਹਿੰਦੇ ਚੁੱਕ ਕੇ ਲਿਆ, ਉਹ ਕਾਣਾ ਤਿੱਤਰ ਹੈ, ਇਹਦੀ ਅੱਖ ਕਾਣੀ ਹੈ। ਸਿੰਘਾਂ ਵੇਖਿਆ, ਹਾਂ ਮਹਾਰਾਜ ਵੀ ਇੱਕ ਵਾਕੀ ਕਾਣਾ ਇਹ ਤਾਂ। ਮਹਾਰਾਜ ਕੀ ਮਸਲਾ ਇਹਦਾ? ਕਹਿੰਦੇ ਆ ਜਿਹੜੀ ਧਰਤੀ ਹੈ ਨਾ ਜਿੱਥੇ ਫਿਰਦਾ ਸੀ, ਇਹਦਾ ਮਾਲਕ ਸੀ, ਜ਼ਿਮੀਦਾਰ ਸੀ ਇਹਦਾ। ਮੈਂ ਕਰਦਾ ਮਰ ਗਿਆ, ਮੇਰੀ ਜ਼ਮੀਨ, ਅਤੇ ਹੁਣ ਉੱਥੇ ਹੀ ਫਿਰੀ ਜਾਂਦਾ, ਆਲੇ ਦੁਆਲੇ ਘੁੰਮੀ ਜਾਂਦਾ। ਹੁਣ ਅਸੀਂ ਇਹਦਾ ਉਧਾਰ ਕੀਤਾ। ਕਹਿਣ ਤੋਂ ਭਾਵ ਅੰਤ ਨੂੰ ਸਾਰੀ ਜਨਮ ਪਛਤਾਵਾ ਹੀ ਰਹਿ ਜਾਂਦਾ, ਹਾਏ ਮੇਰਾ ਇਹ ਘਰ ਸੀ, ਹਾਏ ਮੇਰੀ ਇਹ ਜ਼ਮੀਨ ਸੀ। ਫਿਰ ਉੱਥੇ ਹੀ ਭਟਕਦਾ ਰਹਿੰਦਾ, ਕਦੇ ਪ੍ਰੇਤ ਬਣ ਕੇ, ਕਦੇ ਕੁਝ ਬਣ ਕੇ। ਅੰਤ ਨੂੰ ਆਪਣੇ ਜਨਮ ਦੀ ਬਾਜ਼ੀ ਹਾਰ ਕੇ ਚਲੇ ਗਏ, ਭਾਵੇਂ ਕੋਈ ਨੌ ਖੰਡ ਪ੍ਰਿਥਵੀ ਦੇ ਰਾਜੇ ਕਿਉਂ ਨਾ ਹੋਏ। ਹਾਂਜੀ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾ ਕੋ ਕਿਰਪਾ ਧਾਰੀ। ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਗੁਣ ਉਹਨਾਂ ਨੇ ਗਾਏ ਨੇ, ਜਿਨ੍ਹਾਂ 'ਤੇ ਵਾਹਿਗੁਰੂ ਨੇ ਆਪਣੀ ਕਿਰਪਾ ਧਾਰੀ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਗੁਣ ਉਹਨਾਂ ਨੇ ਗਾਏ ਹਨ, ਜਾਂ ਕੋ ਕਿਰਪਾ ਧਾਰੀ। ਜਿਸ 'ਤੇ ਵਾਹਿਗੁਰੂ ਨੇ ਆਪਣੀ ਕਿਰਪਾ ਕੀਤੀ ਹੈ, ਜਿਸ 'ਤੇ ਨਿਰੰਕਾਰ ਨੇ ਵਿਧਾਤੇ ਨੇ ਆਪਣੀ ਕਿਰਪਾ ਕੀਤੀ ਹੈ, ਉਸੇ ਨੇ ਉਸ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਗੁਣ ਗਾਏ ਹਨ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਉਹ ਸੁਖੀ ਹੈ, ਪਾਤਸ਼ਾਹ ਕਹਿੰਦੇ ਉਹ ਸੁਖੀ ਹੈ, ਔਰ ਉਸਦਾ ਜਨਮ ਵੀ ਧਨ ਹੈ। ਮਹਾਰਾਜ ਜੀ ਕਹਿੰਦੇ ਮੈਂ ਤਿਸ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਤੋਂ ਬਲਿਹਾਰ ਜਾਂਦਾ। ਸੁਖੀ ਕੌਣ ਨੇ? ਜਿਨ੍ਹਾਂ ਨੇ ਗੁਣ ਗਾਏ ਨੇ ਨਿਰੰਕਾਰ ਦੇ। ਜਨਮ ਧਨ ਕਿਹਨਾਂ ਦਾ? ਜਿਨ੍ਹਾਂ ਨੇ ਵਾਹਿਗੁਰੂ ਦੇ ਗੁਣ ਗਾਏ ਨੇ। ਔਰ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਵਾਰੇ ਵਾਰੇ ਜਾਂਦਾ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਤਪਦਿਆਂ ਬਲਦਿਆਂ ਹਿਰਦਿਆਂ ਵਿੱਚ ਵਸੇ, ਹਿਰਦੇ ਸ਼ਾਂਤ ਹੋਣ। ਮਹਾਰਾਜ ਜੀ ਕਿਰਪਾ ਕਰਨ, ਗੁਰਬਾਣੀ ਦੀ ਸੂਝਬੂਝ ਸਾਨੂੰ ਪ੍ਰਾਪਤ ਹੋਵੇ। ਅਗਾਧ ਬੋਧ ਬਾਣੀ ਹੈ ਸਤਿਗੁਰਾਂ ਦੀ,
ਵਿਚਾਰਾਂ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਤਿਬੁੱਧੀ ਸਮਰਥ ਪ੍ਰਦਾਨ ਕਰਨ। ਬੰਦਨਾ ਹਰ ਬੰਦਨਾ 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 ਗੁਣ ਗਾਵੋ ਗੋਪਾਲ ਰਾਏ ਗੁਣ ਗਾਵੋ ਗੋਪਾਲ ਰਾਏ ਗੋਪਾਲ ਰਾਏ ਗੁਣ ਗਾਵੋ ਗੋਪਾਲ ਰਾਏ ਵਾਹਿਗੁਰੂ ਵਾ